ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਰੇ ਪਿੰਡ ਵਾਸੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਚੱਲ ਰਹੇ ਕਬੱਡੀ ਮੁਕਾਬਲੇ ਦਾ ਅੱਜ ਫਾਈਨਲ ਮੈਚ ਹੈ, ਜਿਸ ਵਿੱਚ ਪਿੰਡ ਜੰਡਵਾਲਾ ਤੇ ਸਾਹਨੇਵਾਲ ਦੀਆਂ ਟੀਮਾਂ ਪਿੜਨਗੀਆਂ। ਸਾਰੇ ਨਿਵਾਸੀ ਹੁਮ ਹੁਮਾ ਕੇ ਪੁੱਜੋ ਜੀ। ਜਿੱਤਣ ਵਾਲੀ ਟੀਮ ਨੂੰ ਕੱਪ ਦੇ ਨਾਲ ਟਰੈਕਟਰ ਇਨਾਮ ਵਿੱਚ ਦਿੱਤਾ ਜਾਵੇਗਾ। ਸੁਣਿਆ ਸਾਹਨੇਵਾਲਾ ਨੇ ਬੜੀ ਤਿਆਰੀ ਕੀਤੀ ਇਸ ਵਾਰੀ। ਉਹ ਤੂੰ ਫਿਕਰ ਨਾ ਕਰ, ਇਸ ਵਾਰੀ ਫਿਰ ਆਪਣਾ ਪਿੰਡ ਜੰਡਾਲੇ ਮੋਰਚਾ ਮਾਰੂ। ਉਹ ਜਗੀਰੇ ਤੇ ਸ਼ਿੰਗਾਰੇ ਸਾਹਮਣੇ ਕਿਸੇ ਦੀ ਨਹੀਂ ਚੱਲਣੀ। ਓਏ ਆ ਗਏ ਜੰਡਾਲੇ ਦੇ ਸ਼ੇਰ ਮੈਦਾਨ 'ਚ। ਜਗੀਰੇ ਦਾ ਸਾਥ ਇਹ ਗਿੱਟਾ ਫੜਨ ਤੇ ਟੁੱਟ ਗਿਆ ਸੀ। ਨਾ ਬਾਈ, ਇਹ ਤਾਂ ਰੈਫਰੀ ਨੇ ਫੈਸਲਾ ਦਿੱਤਾ, ਸਾਰੇ ਲੋਕਾਂ ਅੱਖੀ ਵੇਖਿਆ। ਰੈਫਰੀ ਦਾ ਫੈਸਲਾ ਸਾਨੂੰ ਸਭ ਨੂੰ ਮੰਨ ਲੈਣਾ ਚਾਹੀਦਾ। ਉਰਿਆ ਬਾਰਿਆ, ਉਹ ਐਡੇ ਸੋਹਣੇ ਖੇਡ ਮੁਕਾਬਲੇ ਨੂੰ ਦੁਸ਼ਮਣੀ ਚ ਨਾ ਬਦਲੋ ਯਾਰ। ਜਾਓ, ਦੋਨੇ ਭਰਾ ਹੀ ਨਾਮ ਲਾਇਓ। ਹੁਣ ਗੱਲ ਕਰ, ਵੇਖਿਆ ਜਗੀਰੇ ਦਾ ਫੈਸਲਾ? ਉਹ ਜਗੀਰਾ ਜਗੀਰਾ ਹੈ। ਮੰਨ ਗਏ ਵੇ, ਮੰਨ ਗਏ। ਸਤਿ ਸ਼੍ਰੀ ਅਕਾਲ ਜੀ। ਇਹ ਜੋ ਨੱਚ ਨੱਚ ਕੇ ਟੱਪ ਟੱਪ ਕੇ ਪਿੰਡ ਦੀ ਸੱਤੇ ਵਿੱਚ ਲੋਕ ਭੰਗੜਾ ਪਾ ਰਹੇ ਨੇ, ਇਸ ਦਾ ਕਾਰਨ ਕੀ ਅਬ ਗਿਲਿਆ? ਇਸ ਵਾਰੀ ਵੀ ਜਗੀਰਾ ਤੇ ਸ਼ਿੰਗਾਰਾ ਕਬੱਡੀ ਜਿੱਤ ਕੇ ਆਏ ਨੇ। ਇਸ ਵਾਰ ਤਾਂ ਜਿੱਤ ਗਏ, ਪਰ ਅਗਲੀ ਵਾਰ ਹੋਣਗੇ ਤਾਂ ਜਿੱਤਣਗੇ ਨਾ। ਅੱਜ ਪਿੰਡ ਦੀ ਸੱਤ ਵਿੱਚ ਲੋਕ ਮੈਨੂੰ ਘੂਰ ਘੂਰ ਕੇ ਵੇਖ ਰਹੇ ਸਨ। ਕੋਈ ਵੇਲਾ ਹੁੰਦਾ ਸੀ ਬਗੇਲਿਆ, ਜਦੋਂ ਕਮਾਂਡ ਸਿੰਘ ਦੀ ਜੀਪ ਲੰਘਦੀ ਸੀ ਤਾਂ ਲੋਕਾਂ ਦੀਆਂ ਨਜ਼ਰਾਂ ਥੱਲੇ ਹੋ ਜਾਂਦੀਆਂ ਸਨ। ਪਰ ਅੱਜ ਉਹ ਜਗੀਰਾ ਸਮਝਦਾ ਕਿ ਮੈਂ ਤਾਂ ਗਿਆ 5-7 ਸਾਲ ਵਾਸਤੇ ਅੰਦਰ, ਪਰ ਉਹ ਨਹੀਂ ਜਾਣਦਾ ਕਿ ਕਮਾਂਡ ਸਿੰਘ ਦੇ ਹੱਥ ਕਿੰਨੇ ਲੰਬੇ ਨੇ। 5-7 ਸਾਲ ਤੱਕ ਹੀ ਮੈਨੂੰ ਤਾਂ ਕੋਈ 5 ਘੰਟੇ ਵੀ ਅੰਦਰ ਨਹੀਂ ਰੱਖ ਸਕਦਾ। ਉਹ ਨਹੀਂ ਜਾਣਦਾ ਕਿ ਉਹਨੇ ਕਿਹੜੇ ਪਹਾੜ ਨਾਲ ਮੱਥਾ ਲਾਇਆ ਹੈ, ਪਹਾੜ ਨਾਲ। ਪਿੰਡ ਦੀ ਸੱਤ ਵਿੱਚ ਤੁਹਾਡੇ ਵੱਲ ਉੱਠੀਆਂ ਅੱਖਾਂ ਵੇਖ ਕੇ ਮੇਰਾ ਤਾਂ ਜੀ ਕਰਦਾ ਸੀ ਜਗੀਰੇ ਦੇ ਟੋਟੇ ਟੋਟੇ ਕਰਕੇ ਕੁੱਤਿਆਂ ਨੂੰ ਪਾ ਦਿਆਂ, ਪਰ ਤੁਹਾਡੇ ਹੁਕਮ ਦਾ ਮੁਹਤਾਜ ਸਾਂ, ਹੁਣ ਮੈਂ ਨਹੀਂ ਰੁਕ ਸਕਦਾ। ਰੋਕੋ ਨਾਲਿਆ, ਇਹੋ ਜਿਹੇ ਫੈਸਲੇ ਠੰਡੇ ਦਿਮਾਗ ਦੇ ਨਾਲ ਕਰੀਦੇ ਹੁੰਦੇ ਹੋਏ? ਮੈਂ ਤਾਂ ਜਗੀਰੇ ਵਾਸਤੇ ਇਹੋ ਜਿਹੀ ਮੌਤ ਸੋਚ ਕੇ ਰੱਖੀ ਹੈ ਕਿ ਮੌਤ ਵੀ ਮੌਤ ਨੂੰ ਵੇਖ ਕੇ ਮਰ ਜਾਵੇ, ਪਰ
ਬਸ ਤੂੰ ਵੇਖਦਾ ਚਾਹ ਅੱਛਾ ਬਾਈ ਹੁਣ ਤੁਸੀਂ ਬੈਠੋ ਤੁਸੀਂ ਤਾਂ ਹੁਣ ਹੋ ਗਏ ਟੱਲੀ ਓਏ ਤੂੰ ਬਹਿ ਜਾ ਵੀਰਿਆ ਬਹਿ ਜਾ ਅੱਜ ਸਾਡਾ ਵੀ ਸਾਥ ਦੇ ਦੇ ਵੇਖ ਸਾਰਾ ਪਿੰਡ ਝੂਮ ਰਿਹਾ ਬਾਈ ਜੇ ਇੱਕ ਗਲਾਸ ਤੂੰ ਵੀ ਲੈ ਲੈ ਤਾਂ ਸਭ ਦੀ ਖੁਸ਼ੀ ਦੂਣੀ ਹੋ ਜੂ ਨਹੀਂ ਨਹੀਂ ਬਾਈ ਅੱਜ ਨਾ ਨਾ ਕਰੀ ਸਾਡੀ ਨਹੀਂ ਤਾਂ ਸ਼ਿੰਗਾਰੇ ਦੀ ਗੱਲ ਮੰਨ ਲੈ ਤਮਾਸ਼ ਨਾ ਹੋਵੇ ਤਾਂ ਚੰਗਾ ਬਾਈ ਤੁਸੀਂ ਲਾਓ ਰੰਗ ਤੇ ਯਾਰ ਚੱਲੇ ਖੁਸ਼ੀਆਂ ਮਨਾਉਣ ਸ਼ਿੰਗਾਰਾ ਸਿਆਂ ਮੇਰੀ ਤਾਂ ਵਾਹਿਗੁਰੂ ਅੱਗੇ ਇਹੀ ਦੁਆ ਹੈ ਕਿ ਉਹ ਤੁਹਾਡੀ ਦੋਸਤੀ ਨੂੰ ਬੁਰੀ ਨਜ਼ਰ ਤੋਂ ਬਚਾ ਕੇ ਸਤਿ ਸ਼੍ਰੀ ਅਕਾਲ ਸ਼ਿੰਗਾਰਾ ਸਿਆਂ ਸਤਿ ਸ਼੍ਰੀ ਅਕਾਲ ਬਾਈ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਵਧਾਈ ਹੋਵੇ ਬਾਈ ਤੁਸੀਂ ਤਾਂ ਫਿਰ ਪਿੰਡ ਦਾ ਨਾਂ ਰੋਸ਼ਨ ਕਰਤਾ ਭੁੱਲਿਆ ਉਹ ਭੁੱਲਿਆ ਬੜੀ ਘੱਟ ਮੀਤਾ ਲੈ ਗਿਆ ਇਹ ਸਾਲਾ ਹੁਣੇ ਮਿਰਜ਼ਾ ਬਣਿਆ ਫਿਰਦਾ ਹੈ ਉਹ ਆ ਗਿਆ ਮੇਰਾ ਸ਼ੇਰ ਪੁੱਤਰ ਆ ਜਾ ਬਾਈ ਬਸ ਬਸ ਪਹੁੰਚ ਗਏ ਕਿਉਂ ਬਾਈ ਪੁੱਤਰਾ ਤੰਗ ਤੇ ਨਹੀਂ ਕੀਤਾ ਸਾਡੀ ਬੱਕੀ ਨੇ ਨਹੀਂ ਬਾਪੂ ਜੀ ਇਹ ਤਾਂ ਬਹੁਤ ਸਿਆਣੀ ਘੋੜੀ ਹੈ ਘਰੋਂ ਖੇਤ ਤੇ ਖੇਤੋਂ ਸਿੱਧੀ ਕਰ ਲੈ ਆਉਂਦੀ ਹੈ ਅੱਛਾ ਤਾਂ ਆ ਜਾ ਫਿਰ ਬੱਲੇ 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 ਆ ਚੰਗਾ ਭਾਗਵਨ ਨੇ ਮੈਂ ਚੱਲਿਆ ਸ਼ਿੰਗਾਰੇ ਵੱਲੇ ਚੰਗਾ ਜੀ ਚੱਲ ਬਾਈ ਕੰਗਣ ਮੇਰਾ ਛਿਣ ਕੇ ਨੀ ਮਾਹੀ ਮੇਰਾ ਸੁੱਤਾ ਪਿਆ ਬੀਬੀ ਮੈਂ ਸਕੂਲ ਚੱਲੀ ਆ ਚਲੀ ਜਾਈ ਪੁੱਤ ਪਹਿਲਾਂ ਆਪਣੇ ਬਾਪੂ ਨੂੰ ਤਾਂ ਠਾ ਦੇ ਦੇਖ ਸੂਰਜ ਕਿੰਨਾ ਸਿਰ ਤੇ ਚੜਾਇਆ ਅੱਛਾ ਬੀਬੀ ਦੁੱਧ ਰੀੜ ਕਾਤੀ ਹੁਣ ਉੱਠ ਵੀ ਜਾਓ ਓ ਪੁੱਤਰ ਥੋੜਾ ਸੌ ਲੈਣ ਦੇ ਮੇਰਾ ਸਿਰ ਦਰਦ ਕਰੀ ਜਾਂਦਾ ਹੈ ਅੱਛਾ ਫੇਰ ਤੁਸੀਂ ਉਹੀ ਦਵਾਈ ਪੀਤੀ ਤੁਹਾਨੂੰ ਕਿੰਨੀ ਵਾਰੀ ਸਮਝਾਇਆ ਹੈ ਜੇ ਤੁਹਾਡਾ ਸਿਰ ਭਾਰੀ ਹੋਵੇ ਤਾਂ ਤੁਸੀਂ ਉਹ ਦਵਾਈ ਪੀਂਦੇ ਕਿਉਂ ਲੈ ਹੁਣ ਤੂੰ ਭਾਸ਼ਣ ਦੇਣਾ ਸ਼ੁਰੂ ਕਰ ਦਿੱਤਾ ਅੱਗੇ ਜਗੀਰ ਸਿੰਘ ਭਾਸ਼ਣ ਦੇਣੋਂ ਨਹੀਂ ਹਟਦਾ ਭਾਬੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਚਾਚੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪੁੱਤਰ ਸਕੂਲ ਨਹੀਂ ਜਾਣਾ ਬੀਤਾ ਤੈਨੂੰ ਕਦੋਂ ਦਾ ਡਿੱਕੀ ਜਾਂਦਾ ਚਲੋ ਚੰਗਾ ਚਾਚੀ ਓਏ ਕੀ ਗੱਲ ਹੈ ਸ਼ਿੰਗਾਰਿਆ ਰਾਤੀ ਜ਼ਿਆਦਾ ਪੀ ਲਈ ਸੀ ਬਈ ਰਾਤੀ ਛੇੜ ਜ਼ਿਆਦਾ ਹੀ ਹੋ ਗਈ ਸੀ ਤੈਨੂੰ ਕਿੰਨੀ ਵਾਰੀ ਆਖਿਆ ਘੱਟ ਪੀਆ ਕਰ ਓ ਭਾਬੀ ਹਾਂਜੀ ਲਿਆ ਗਲਾਸ ਲੱਸੀ ਦਾ ਮੇਰੇ ਵਾਸਤੇ ਮੱਖਣ ਪਾ ਲਿਆ ਵੀ ਤੇਂਦੇ ਵਾਸਤੇ ਬਾਲਟੇ 'ਚ ਪਸ਼ੂ ਵਾਲਾ ਲੂਣ ਘੋਲ ਲਿਆ ਜੀ ਨਾ ਮੈਨੂੰ ਕੋਈ ਮੱਖਣ ਵਾਲੀ ਵੱਢਦੀ ਵੱਢਦੀ ਤਾਂ ਨਹੀਂ ਪਰ ਆਪਣੀ ਆਪਣੀ ਕਿਸਮਤ ਹੈ ਪਿਆਰਿਆ ਠੀਕ ਹੈ ਓ ਜਾ ਤਿਆਰ ਹੋ ਖੇਤਾਂ ਨੂੰ ਚੱਲੀਏ ਅੱਛਾ ਵੀ ਮੈਂ ਤਿਆਰ ਹੁੰਦਾ ਫਿਰ ਜੱਟਾਂ ਦੇ ਪੁੱਤ ਜੱਟਾਂ ਦੇ ਬਲਾਉਂਦੇ ਬੱਕਰ ਕੇ ਕੱਲੇ ਨੂੰ ਨਕਲ ਟਕਰੀ ਜੱਟੀਏ 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 ਪੁੱਤ ਜੱਟਾਂ ਦੇ ਬਲਾਉਂਦੇ ਬੱਕਰੇ ਪੁੱਤ ਜੱਟਾਂ ਦੇ ਛੱਪੜ ਚੋਂ ਨਿਕਲੇ ਸੁਲਫ ਦੀ ਲੱਟ ਪੰਮੀ ਦੇ ਬਾਪੂ ਮੈਂ ਕਿਹਾ ਰੋਟੀ ਖਾ ਲੈ ਤੂੰ ਚੱਲ ਬੈਠ ਮੈਂ ਹੁਣੇ ਆਉਣਾ ਅੱਛਾ ਕੀ ਗੱਲ ਹੈ ਅੱਜ ਬੜੀਆਂ ਟੋਰਾਂ ਕੱਢੀਆਂ ਸੁੱਕ ਤਾਂ ਹੈ ਟੋਰਾਂ ਕਾਦੀਆਂ ਸਭ ਤੁਹਾਡੇ ਨਾਲ ਹੀ ਹੈ ਤੁਸੀਂ ਹੱਸਦੇ ਵਸਦੇ ਰਹੋ ਤੇ ਮੈਂ ਮੜਦੀ ਸਮਰਦੀ ਰਹਾਂ ਵਾਹ 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 ਤੇਰੀਆਂ ਬੁਰਗੀਆਂ ਦਾ ਨਾ ਸਵਾਦ ਹੀ ਕੁਝ ਹੋਰ ਹੈ ਬਾਪ ਬਣ ਗਏ ਹੋ ਪਰ ਆਦਤਾਂ ਨਹੀਂ ਬਦਲੀਆਂ
ਜਨਾਬ ਬ੍ਰੇਕਾਂ ਕਿਉਂ ਲਾਤੀ ਆ? ਇਸ ਥਾਂ ਤੇ ਆ ਕੇ ਪੈਰ ਖੁਦ ਬ ਖੁਦ ਬ੍ਰੇਕਾਂ ਤੇ ਚਲੇ ਜਾਂਦੇ ਨੇ ਰਾਣਿਆ, ਦੱਸ ਮੈਂ ਕੀ ਕਰਾਂ? ਪਰ ਜਨਾਬ ਤੁਸੀਂ ਇਹ ਸ਼ਿੰਗਾਰੇ ਤੇ ਜੀਤੋ ਨੂੰ ਵੇਖ ਕੇ ਗੁੰਮ ਸਮਝੇ ਕਿ ਹੋ ਜਾਂਦੇ ਹੋ? ਤੈਨੂੰ ਪਤਾ ਰਾਣਿਆ, ਇੱਕ ਵਾਰ ਮੇਰੀ ਮਾਂ ਲਾਗਲੇ ਪਿੰਡ ਮੇਰਾ ਰਿਸ਼ਤਾ ਲੈ ਕੇ ਗਈ ਸੀ, ਪਰ ਉਹਨਾਂ ਜਾਬਰਾਂ ਨੇ ਉਹਨੂੰ ਗਰੀਬ ਸਮਝ ਕੇ ਖਾਲੀ ਹੱਥ ਵਾਪਸ ਮੋੜ ਦਿੱਤਾ ਤੇ ਆਪਣੀ ਧੀ ਦੀ ਡੋਲੀ ਕਿਸੇ ਹੋਰ ਦੇ ਨਾਲ ਤੋਰ ਦਿੱਤੀ। ਜਾਣਾ ਕਿਉਂ? ਕਿਉਂ? ਕਿਉਂਕਿ ਉਸ ਆਦਮੀ ਦੇ ਕੋਲ ਮੇਰੇ ਨਾਲੋਂ ਵੱਧ ਜ਼ਮੀਨ ਤੇ ਮੇਰੇ ਨਾਲੋਂ ਵੱਡੀ ਹਵੇਲੀ ਸੀ। ਪਰ ਇਸ ਗੱਲ ਦਾ ਜੀਤੋ ਤੇ ਸ਼ਿੰਗਾਰੇ ਨਾਲ ਕੀ ਸੰਬੰਧ ਹੋ ਸਕਦਾ? ਸੰਬੰਧ ਹੋ ਸਕਦਾ ਨਹੀਂ, ਸੰਬੰਧ ਹੈ। ਹੋਰ ਰਾਣਿਆ, ਹਾਂਜੀ, ਜੇ ਉਸ ਵੇਲੇ ਮੇਰੇ ਕੋਲ ਸ਼ਿੰਗਾਰੇ ਨਾਲੋਂ ਵੱਧ ਪੈਲੀ ਹੁੰਦੀ ਤੇ ਉਹਦੇ ਨਾਲੋਂ ਵੱਡੀ ਹਵੇਲੀ ਹੁੰਦੀ ਤਾਂ ਅੱਜ ਜੀਤੋ ਸ਼ਿੰਗਾਰੇ ਦੀਆਂ ਬਾਹਾਂ ਵਿੱਚ ਨਹੀਂ, ਮੇਰੀ ਗੋਚ ਬੈਠੀ ਬੁਰਕੀਆਂ ਦੇ ਰਹੀ ਹੁੰਦੀ। ਜਦ ਵੀ ਮੈਂ ਇਹਨਾਂ ਦੋਵਾਂ ਨੂੰ ਇਕੱਠਾ ਵੇਹਣਾ ਤਾਂ ਮੇਰੀ ਹਿੱਕ ਦਾ ਲਹੂ ਵਾਲੇ ਖਾਣ ਲੱਗ ਪੈਂਦਾ ਹੈ, ਤਾਂ ਮੇਰਾ ਜੀ ਕਰਦਾ ਕਿ ਮੈਂ ਇੰਨਾ ਪੈਸਾ ਕਮਾਵਾਂ ਕਿ ਨਾ ਹੀ ਮੇਰੇ ਤੋਂ ਵੱਧ ਕਿਸੇ ਦੀ ਪੈਲੀ ਹੋਵੇ ਤੇ ਨਾ ਹੀ ਇਹਨਾਂ ਪੰਜਾਬਾਂ ਪਿੰਡਾਂ ਦੇ ਵਿੱਚ ਮੇਰੀ ਹਵੇਲੀ ਵਰਗੀ ਕਿਸੇ ਦੀ ਹਵੇਲੀ ਹੋਵੇ। ਉਹ ਆਪਣੀ ਪੰਮੀ ਕਿੱਥੇ ਹੈ? ਕਿੱਥੇ ਹੋਣੀ ਆ, ਹੋਣੀ ਆ ਮਿੱਤੇ ਨਾਲ ਬੇਰ ਤੋੜਦੀ। ਮਿੱਤੇ ਤਿੱਤਲੀ ਕਿੱਥੇ ਗਈ? ਤਿੱਤਲੀ ਤਾਂ ਨੱਠ ਗਈ, ਉਹ ਵੀ ਤੇਰੇ ਵਰਗੀ ਚਲਾਕ ਹੈ। ਜਦੋਂ ਆਪਾਂ ਲੁੱਕੀ ਮਿੱਚੀ ਖੇਡਦੇ ਆ ਤੂੰ ਵੀ ਤੇ ਪਤਾ ਨਹੀਂ ਕਿੱਥੇ ਨੱਠ ਜਾਂਦੀ ਹੈ। ਆਪਾਂ ਲੁੱਕੀ ਮਿੱਚੀ ਖੇਲੀਏ? ਨਹੀਂ, ਪਹਿਲੇ ਬੇਰੀ ਤੋਂ ਬੇਰ ਤੋੜਾਂਗੇ। ਚੱਲ ਫਿਰ ਚੱਲ। ਅੱਜ ਤਾਂ ਬੇਰ ਥੱਲੇ ਹੀ ਬਹੁਤ ਪਏ ਨੇ। ਤੂੰ ਥੱਲੋਂ ਚੁੱਪ, ਮੈਂ ਉੱਤੋਂ ਤੋੜਦਾ। ਮਿੱਤੇ ਬਸ ਕਰ, ਬਹੁਤ ਹੋ ਗਏ ਬੇਰ। ਠਹਿਰ ਜਾ, ਥੋੜੇ ਹੋਰ ਤੋੜਨ ਦੇ। ਚੰਗਾ, ਮੈਂ ਵੀ ਚੱਲਦੀ ਆ। ਕੀ ਹੋ ਗਿਆ? ਸੱਪ। ਤੂੰ ਤਾਂ ਬੜੀ ਡਰਪੋਕ ਹੈ, ਸੱਪ ਤੋਂ ਡਰ ਜਾਂਦੀ ਹੈ? ਮੇਰੇ ਬਾਪੂ ਕਹਿੰਦੇ ਨੇ ਸੱਪ ਤੋਂ ਨਹੀਂ ਡਰੀਦਾ, ਕਈ ਸੱਪਾਂ 'ਚ ਤਾਂ ਜ਼ਹਿਰ ਵੀ ਨਹੀਂ ਹੁੰਦਾ। ਚੱਲ ਹੱਸਦੇ ਹੁਣ। ਅੱਛਾ ਨਹੀਂ ਹੱਸਦੀ, ਚੱਲ ਹੱਥ ਕੱਢ। ਅੱਕੜ ਬੱਕੜ ਬੰਬਾ ਬੋ, ਅਸੀਂ 90 ਪੂਰਾ 100 ਸੌ ਗਲੋਟਾ ਤੀਤਰ ਮੋਟਾ, ਚੱਲ ਮਦਾਰੀ ਪੈਸਾ ਫੋਟਾ। ਮੰਮੀ, ਬਾਬਾ ਜੀ ਆ ਗਏ, ਬਾਬਾ ਜੀ ਆ ਗਏ, ਬਾਬਾ ਜੀ। ਆਓ ਮੇਰੇ ਪੁੱਤਰੋ, ਹੱਸਦੇ ਖੇਡਦੇ ਰਹੋ, ਨੱਚਦੇ ਟੱਪਦੇ ਰਹੋ ਪੁੱਤਰੋ, ਨੱਚਦੇ ਟੱਪਦੇ ਰਹੋ। ਓਏ ਸਮਝ ਗਿਆ ਨਾ ਪੁੱਤਾ, ਜੇ ਮੇਰਾ ਕੰਮ ਨਾ ਕੀਤਾ ਤਾਂ ਮੈਂ ਚਮੜੀ ਉਧੇੜ ਦੂੰ। ਸਮਝ ਗਿਆ ਸਰਦਾਰ ਜੀ, ਸਮਝ ਗਿਆ। ਬਸ ਤੁਹਾਡਾ ਹੱਥ ਚਾਹੀਦਾ ਮੇਰੇ ਪਿੱਠ ਤੇ, ਜਗੀਰੇ ਤੇ ਸ਼ਿੰਗਾਰੇ ਵਿਚਾਲੇ ਤੀਲੀ ਦਾ ਇੱਕ ਪਾਸੇ, ਮਦਾ ਪਾਂਬੜ ਬਾਲ ਦੂੰ ਪਾਂਬੜ। ਪਰ ਮਾਲਕੋ, ਉਹ ਰਾਣਿਆ। ਹਾਂਜੀ, ਪਾਏ ਮੂੰਹ ਵਿੱਚ ਟੁੱਪੜ ਲੈ ਉਹ ਰਾਮਿਆ। ਜੀ ਦਾਰੂ, ਉਹ ਮਾਲਕੋ, ਹੁਣ ਤਾਂ ਪਾਂਬੜ ਬੜੇ ਹੀ ਪਏ ਆ ਮਾਲਕੋ। ਰਾਮਿਆ, ਕੀ ਚਾਹਦੀਆਂ ਮਰੀਜ਼ ਨੇ? ਜੀ ਜੀ ਮੈਂ ਤਾਂ ਚੱਲਿਆ। ਕਿੱਥੇ ਹੈ? ਜੀ ਜੀ ਕੀ ਦੇਦਾ ਸੀ? ਕੌਣ ਅੰਦਰ? ਜੀ ਕਮਾਂਡ ਸਿੰਘ ਅੰਦਰ ਗਿਆ। ਕਮਾਂਡ ਸਿੰਘ ਅੰਦਰ ਗਿਆ? ਹਾਂ, ਮੈਂ ਤਾਂ ਸੁਣਿਆ ਉਹਦੀ ਜੀਤੋ ਬਾਬੀ ਤੇ ਅੱਖ ਹੈ। ਕੀ ਬਕਵਾਸ ਕਰ ਰਹੇ ਹੋ? ਜੀ ਮੈਂ ਤਾਂ ਸੁਣਿਆ ਹੀ ਹੈ, ਤੁਸੀਂ ਅੱਖ ਜਾ ਕੇ ਦੇਖ ਲਓ। ਬਾਬੇ, ਚਿੰਗਾਰਾ ਕਿੱਥੇ? ਆ ਵੀ ਜਗੀ ਰਿਹਾ। ਚਿੰਗਾਰਿਆ, ਕਮੰਡ ਸਿੰਘ ਇੱਥੇ ਕੀ ਲੈਣਾ ਹੈ? ਗੱਲ ਕੀ ਹੈ, ਤੂੰ ਇਹਦਾ ਗੁੱਸੇ 'ਚ ਕਿਉਂ ਹੈ?
मेरा गुस्सा होर भी बढ़ सकता है शिंगारिया। इस तो पहला के बेकाबू हो जावे, इस रब दे बंदे नु कह इत्थों चला जावे। पर क्यों, तू गलत दस। मुख दी गल ए शिंगारिया, ए आदमी मैनू इस घर विच बर्दाश्त नहीं। देखो होर कोई इस घर विच बर्दाश्त हो भी किवें सकदा जगीरिया। पर ए गल ना भुल, ए घर तेरा नहीं। शिंगारिया इनू दस दे ए घर किहदा है। जगीरिया तेनू क्यों हो गया, लगदा तेनू कमान सिंह बारे कोई गलत फहमी है। गलत फहमी मैनू नहीं शिंगारिया, तेनू है। मैं इस शख्स नू इस घर विच एक मिनट नहीं देख सकता। जे तू मैनू नहीं ना देख सकता जगीरिया, अपनी अखा बंद कर लै, नहीं तो उस रब अगे दुआ करके इना हनेरा कर दे के मैं तेनू नजर ही ना आवेरिया। पसंद करने वाले मैं तेरी हनेरी दुनिया तो चंगी तरह वाकफ हूं। मेरा मुंह ना खुला जगीरिया, नहीं तो धरती कंब उठेगी। मेरे सामने तो कोई उची आवाज विच गल नहीं करता। मैं तेरिया तुमता सिर्फ इस करके बर्दाश्त कर रहा कि किते शिंगारे का घर अखाड़ा ना बन जाए। जे कि मैनू बाहर मिल पैंदा ना तो मैं तेनू दस दिंदा। तू भी कितने बार मिलदा कमंडिया ता सौ रब दी अज इस धरती का पार हौला हो जाना सी। जा चला जा इथों ते मुड़ के मेरे घर वल मुंह ना करी। भाई जगीरिया कुछ तो सोच लेना सी, वो अपने घर च मेहमान सी। मेहमान बनाउन तो पहला ए जरूर सोच लिया कर शिंगारिया के ओ मेहमान बनाउन दे काबल है या तक्के मार मार के बाहर कढ़न दे। जो भी होया है पर चंगा नहीं होया। राजा पुत्र पहले इत्थे गोली पाई दिए ते फिर मोढ़े ते रख के बाबू जी आ गए। लगदा अज कमंड सिंह दे कमंड नूं फिर जबरदस्त झटका लग्या है। अज लगदा किसे दी शामत आई है। छड़ दे कमंडिया। तू मेरा राह छड़ दे, मैं तेरा राह छड़ दें। ओए जेड़े रावां ते तू चल रहे है ना, उन्ना रावां ते कंडे कंडे ने। जिस राह ते कंडे ना ना होण जगीरिया, उस राह ते जट नूं तुरन दा मजा नहीं आउंदा। ओए कंडिया दी राह ते जट जगीरा भी चल सकदा है, पर अपने लई नहीं लोकां दी भलाई लई। भलाई जेड़ी भलाई तू शिंगारे ना कर रहा ना, वो मैं बहुत चंगी तरह जानना। जबान नु लगाम दे कमीनिया। ओए तेरिया करतूतां तो पहले पिंड बदनाम हो चुके हैं, अपनी हरकतां तो बाज आ जा, नहीं तो मैं सत्थ विच सारे लोकां दे सामने तेरा मुंह काला कर देगा। जगीरिया गोली सीने दे आर पार कर जाएगा। ओए ओए बंदूकड़ चकने ता बड़े सौके ने, पर इनू चलाउण लई जिगरे दी लोड़ पैंदी है जवाना। आ जगीरा चलिया किसो रोकी दा रोक लो। नहीं ओए एदे लई मैं कोई होर मौत सोची है। भाई वाह कमान सिंह, तेरी अंग्रेजी का सरूर ही कुछ जोर है। ओ यार एक बार तू पिंड छड़ के शहर का चल, फिर वेखी उत्थे शहरी सरूर। पर यार एक तो तू जगीर सिंह बिनो कदों जानो रहा। शिंगारा सिंह
ਭਾਈ ਮੈਂ ਸੁਣਿਆ ਭਾਈ ਤੂੰ ਜਗੀਰ ਸਿੰਘ ਤੇ ਆਪਣੀ ਜਾਨ ਦਿੰਦਾ ਪਰ ਪਿੰਡ ਵਾਲੇ ਕੁਛ ਹੋਰ ਹੀ ਕਹਿੰਦੇ ਯਾਰ ਓਏ ਤੂੰ ਚੁੱਪ ਹੋ ਗਿਆ ਬੋਲ ਕੀ ਸੁਣਿਆ ਭਾਈ ਤੁਹਾਡੀ ਡੂੰਘੀ ਯਾਰੀ ਹੈ ਤੇ ਮੈਂ ਚਾਹੁੰਦਾ ਕਿ ਤੁਹਾਡੀ ਯਾਰਾਂ ਦੀ ਗੱਲ ਤੁਹਾਡੇ ਤਾਂ ਹੀ ਰਵੇ ਤਾਂ ਚੰਗਾ ਹੈ ਬਾਕੀ ਸ਼ਿੰਗਾਰਾ ਸਿਆਹ ਲੋਕੀ ਜਦੋਂ ਤੁਹਾਡੀ ਯਾਰੀ ਤੇ ਉਂਗਲਾਂ ਚੁੱਕਦੇ ਆ ਨਾ ਤਾਂ ਧਰਮੀਗਲ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ ਓਏ ਕਿਹੜਾ ਉਂਗਲੀਆਂ ਚੱਕਦਾ ਸਾਡੀ ਯਾਰੀ ਤੇ ਤੂੰ ਨਾ ਤਾਂ ਦੱਸ ਮੈਂ ਉਹਦਾ ਹੱਥ ਵੱਢ ਕੇ ਰੱਖ ਦਿਆਂਗਾ ਕੋਈ ਇੱਕ ਨਹੀਂ ਪੂਰੇ ਪਿੰਡ ਵਿੱਚ ਗੱਲ ਫੈਲੀ ਹੋਈ ਆ ਹੁਣ ਤੱਕ ਤੂੰ ਬੋਲਦਾ ਕਿਉਂ ਨਹੀਂ ਜੱਟ ਦਾ ਪਹਾੜ ਜਿੰਨਾ ਜਿਗਰਾ ਏ ਤੂੰ ਦੱਸ ਤਾਂ ਸਹੀ ਜੀਤੋ ਭਾਬੀ ਬਾਰੇ ਤੇ ਜਗੀਰੇ ਬਾਰੇ ਲੋਕੀ ਪਤਾ ਨੀ ਕੀ ਗੱਲਾਂ ਕਰਦੇ ਹੁਣ ਕੀ ਬਕਵਾਸ ਕਰਦੇ ਸਾਰੇ ਮੇਰੇ ਬਈ ਸ਼ਿੰਗਾਰਾ ਸਿਆਂ ਮੈਂ ਇਸੇ ਕਰਕੇ ਤੇਰੇ ਨਾਲ ਗੱਲ ਨਹੀਂ ਸੀ ਕਰਦਾ ਬਈ ਤੂੰ ਗੁੱਸਾ ਕਰੇਗਾ ਪਰ ਜਗੀਰੇ ਨੂੰ ਤੇ ਤੇਰੇ ਨਾਲ ਯਾਰ ਮਾਰਨਾ ਸੀ ਨਾ ਕਰਨੀ ਚਾਹੀਦੀ ਜਗੀਰਾ ਤੇ ਮੇਰੀ ਜੀਤੋ ਨਹੀਂ ਨਹੀਂ ਇਹ ਨਹੀਂ ਹੋ ਸਕਦਾ ਪਰ ਬਾਈ ਲੋਕੀ ਤਾਂ ਇਹੋ ਕਹਿੰਦੇ ਆ ਕਿ ਜਗੀਰਾ ਤਾਂ ਤੇਰੇ ਘਰੇ ਆਉਂਦਾ ਹੀ ਭਾਬੀ ਜੀਤੋ ਕਰਕੇ ਆ ਓਏ ਕੀ ਤੂੰ ਸੱਚ ਕਹਿ ਰਿਹਾ ਓਏ ਮੈਂ ਤਾਂ ਤੈਨੂੰ ਆਪਣਾ ਯਾਰ ਸਮਝ ਕੇ ਸਮਝਾ ਰਿਹਾ ਸ਼ਿੰਗਾਰਾ ਸਿਆਂ ਬਈ ਟੁੱਲੇ ਬੇਰਾਂ ਦਾ ਅਜੇ ਕੁਛ ਨਹੀਂ ਵਿਗੜਿਆ ਅਜੇ ਵੀ ਸਮਝ ਜਾ ਪਰ ਅਫਸੋਸ ਤਾਂ ਮੈਨੂੰ ਇਸ ਗੱਲ ਦਾ ਯਾਰ ਕਿ ਜੇ ਜਗੀਰੇ ਨੇ ਖੇਈ ਖਾਣੀ ਸੀ ਤਾਂ ਆਪਣੇ ਯਾਰ ਦਾ ਘਰ ਤਾਂ ਛੱਡ ਲੈਂਦਾ ਅੱਗੇ ਤਾਂ ਕਦੀ ਨੀ ਇੰਜ ਬੋਲਿਆ ਅੱਜ ਇਹਨੂੰ ਕੀ ਹੋ ਗਿਆ ਉਹ ਤੂੰ ਰੋਟੀ ਖਾ ਮੈਂ ਪਤਾ ਕਰਦਾ ਉਹ ਤੂੰ ਬਾਹਰ ਆਉਂਦਾ ਕਿ ਮੈਂ ਦਰਵਾਜ਼ਾ ਤੋੜ ਗਿਆ ਚੰਗਾਰਿਆ ਤੂੰ ਲੱਗਦਾ ਸਰਕਾਰਾਂ ਜ਼ਿਆਦਾ ਹੀ ਮੂਡ ਚ ਨੇ ਓਏ ਸ਼ਿੰਗਾਰਿਆ ਕੁਝ ਅਕਲ ਨੂੰ ਹੱਥ ਮਾਰ ਤੈਨੂੰ ਕਿੰਨੀ ਵਾਰੀ ਸਮਝਾਇਆ ਸ਼ਰਾਬ ਓਨੀ ਪੀਣੀ ਚਾਹੀਦੀ ਹੈ ਜਿੰਨੀ ਆਦਮੀ ਪਚਾ ਸਕੇ ਓਏ ਮੈਂ ਤੈਨੂੰ ਕਦੇ ਆਪਣਾ ਯਾਰ ਨਹੀਂ ਹਮੇਸ਼ਾ ਆਪਣਾ ਭਰਾ ਸਮਝਿਆ ਓਏ ਕੀ ਕਹਿ ਰਿਹਾ ਤੂੰ ਆਹ ਕੀ ਹੋ ਰਿਹਾ ਚੱਲ ਚੱਲ ਤੈਨੂੰ ਕਰ ਛੱਡਿਆ ਉਹ ਮੈਨੂੰ ਹੱਥ ਨਾ ਲਾਏ ਤੂੰ ਯਾਰੀ ਦੇ ਨਾਂ ਤੇ ਕਲੰਕ ਤੂੰ ਮੇਰੇ ਨਾਲ ਯਾਰ ਮਾਰ ਕੀਤੀ ਹੈ ਓਏ ਓਏ ਕੀ ਬਕਵਾਸ ਕਰ ਰਿਹਾ ਤੂੰ ਤੈਨੂੰ ਪਤਾ ਹੈ ਤੂੰ ਕੀ ਕਰ ਰਿਹਾ ਮੈਨੂੰ ਪਤਾ ਹੈ ਤੂੰ ਮੇਰੇ ਘਰ ਕਿਉਂ ਆਉਣਾ ਹੈ ਤੂੰ ਮੇਰੇ ਪਿੱਛੇ ਨਹੀਂ ਮੇਰੇ ਘਰ ਵਾਲੀ ਪਿੱਛੇ ਆਉਣਾ ਹੈ ਤੂੰ ਮੈਂ ਤੇ ਹੱਥ ਚੁੱਕਿਆ ਮੈਂ ਤੈਨੂੰ ਵੇਖ ਲਵਾਂਗਾ ਤੁਹਾਨੂੰ ਕੀ ਹੋ ਗਿਆ ਦੇਖਦੇ ਨਹੀਂ ਸਾਰਾ ਪਿੰਡ ਤਮਾਸ਼ਾ ਵੇਖ ਰਿਹਾ ਹੈ ਤੇਰਾ ਭਰਾ ਕੀ ਬਕਵਾਸ ਕਰ ਰਿਹਾ ਪੁੱਛੇ ਤੂੰ ਇਹ ਤਾਂ ਸ਼ਰਾਬੀ ਹੋਇਆ ਪਰ ਤੁਸੀਂ ਕੁਛ ਸੋਚ ਲਓ ਇਹ ਵੀ ਸਾਰੇ ਪਿੰਡ ਸਾਹਮਣੇ ਤਮਾਸ਼ਾ ਬਣਾਇਆ ਹੋਇਆ ਹੈ ਅੰਦਰ ਚਲੋ ਇਹ ਵੀ ਆਪੇ ਚਲਾ ਜਾਓ ਚਲੋ ਅੰਦਰ ਉਹ ਪੁੱਛ ਲਓ ਅੰਦਰ ਕਿੱਧਰ ਵੜ ਗਿਆ ਓਏ ਬਾਹਰ ਨਿਕਲ ਤੂੰ ਮੇਰੇ ਤੇ ਹੱਥ ਚੁੱਕਿਆ ਬਾਹਰ ਨਿਕਲ ਤੂੰ ਅੱਜ ਤੂੰ ਮੇਰੇ ਸਾਹਮਣੇ ਆ ਕੀ ਗੱਲ ਓਏ ਤੁਸੀਂ ਇੱਥੇ ਕੀ ਤਮਾਸ਼ਾ ਰੱਖੀ ਜਾਂਦੇ ਹੋ ਚਲੋ ਚਲੋ ਆਪਣੇ ਘਰਾਂ ਨੂੰ ਚਲੋ ਚਲੋ ਮੈਂ ਤੈਨੂੰ ਛੱਡਾਂਗਾ ਨਹੀਂ ਸਰਦਾਰ ਕੀ ਗੱਲ ਹੋ ਗਈ ਓਏ ਇਹਨੇ ਸ਼ਿੰਗਾਰੇ ਤੇ ਹੱਥ ਚੁੱਕਿਆ ਵੇਖੀ ਮੈਂ ਇਹਨੂੰ ਸਬਕ ਸਿਖਾਵਾਂਗਾ ਭਾਈ ਤੂੰ ਛੱਡ ਪਰਾਂ ਚਲਾ ਤੈਨੂੰ ਕਾ ਛੱਡਾਵਾਂ ਜੋ ਵੀ ਹੈ ਚੰਗਾ ਨਹੀਂ ਹੋਇਆ ਪਰ ਮੈਂ ਵੀ ਕਹਿੰਦਾ ਜਗੀਰੇ ਨੂੰ ਸ਼ਿੰਗਾਰੇ ਤੇ ਹੱਥ ਨਹੀਂ ਚੱਕਣਾ ਚਾਹੀਦਾ ਸੀ
ਬੜਾ ਯਾਰ ਬਣਦਾ ਸੀ, ਐਸੀ ਦੀ ਤਸੀ ਯਾਰੀ ਦੀ। ਬਾਈ ਅੱਜ ਕੱਲ ਕਾਹਦੀਆਂ ਯਾਰੀਆਂ, ਸਭ ਮਤਲਬ ਹੀ ਨੇ। ਰਮਿਆ ਕੀ ਹੋਇਆ? ਭਾਬੀ ਅੱਜ ਤਾਂ ਜੱਗੋ ਵਾਰੀ ਹੋ ਗਈ। ਗੱਲ ਤਾਂ ਦੱਸ ਕੀ ਹੋਇਆ? ਬਾਈ ਤੇ ਜਗੀਰੇ ਝਗੜਾ ਹੋ ਗਿਆ, ਜਗੀਰੇ ਨੇ ਬਾਈ ਤੇ ਹੱਥ ਚੱਕਤਾ। ਬੜੇ ਗੁੱਸੇ ਸੀ ਜਗੀਰਾ, ਜੇ ਅੱਜ ਉੱਥੇ ਸਾਰੇ ਪਿੰਡ ਵਾਲੇ ਨਾ ਪਹੁੰਚਦੇ ਨਾ ਤਾਂ ਪਤਾ ਨੀ ਕੀ ਹੋ ਜਾਣਾ ਸੀ। ਭਾਬੀ ਇੱਕ ਗੱਲ ਦਾ ਜ਼ਰਾ ਧਿਆਨ ਰੱਖੀ, ਯਾਰ ਦੀ ਦੁਸ਼ਮਣੀ ਬੜੀ ਮਾੜੀ ਹੁੰਦੀ ਹੈ, ਬੜੀ ਮਾੜੀ, ਸਮਝੀ? ਥੋੜੀ ਜੇ ਤੂੰ ਤੂੰ ਮੈਂ ਪਿੰਡ ਛੱਡ ਦੇਈਏ, ਲੋਕ ਕੀ ਕਹਿਣਗੇ? ਟੱਟੇ ਖੂਹ ਜਾਣੇ ਲੋਕ, ਆਪਾਂ ਇਹਨਾਂ ਤੋਂ ਕੀ ਲੈਣਾ? ਮੇਰਾ ਤੇ ਇਸ ਪਿੰਡ ਚ ਰਹਿਣ ਨੂੰ ਇੱਕ ਪਲ ਵੀ ਦਿਲ ਨਹੀਂ ਕਰਦਾ, ਤੇ ਨਾਲੇ ਜਿੱਥੇ ਸ਼ਾਂਤੀ ਨਾ ਹੋਵੇ ਉੱਥੇ ਰਹਿ ਕੇ ਕਰਨਾ ਵੀ ਕੀ ਹੈ? ਮੈਂ ਸੋਚਦਾ ਘਮੰਡ ਸਿੰਘ ਨਾਲ ਸ਼ਹਿਰ ਜਾ ਕੇ ਕੋਈ ਕਾਰੋਬਾਰ ਕਰ ਲਵਾਂ। ਘਮੰਡ ਸਿੰਘ ਨਾਲ? ਹਾਂ, ਬਹੁਤ ਚੰਗਾ ਆਦਮੀ ਹੈ, ਨਾਲੇ ਕਹਿੰਦੇ ਨੇ ਵਿਗੜਿਆ ਆਦਮੀ ਇੱਕ ਵਾਰ ਸੁਧਰ ਜਾਵੇ ਤੇ ਉਹਦੀ ਆਤਮਾ ਜਾਗ ਜਾਂਦੀ ਹੈ। ਜਿਵੇਂ ਤੁਹਾਡੀ ਮਰਜ਼ੀ। ਲੈ ਫੜ, ਮੈਂ ਚੱਲਿਆ ਵਲੈਤੀਆਂ ਵੱਲ, ਉਹ ਜ਼ਮੀਨ ਪਾਲਦੇ ਫਿਰਦੇ ਨੇ ਤੇ ਨਾਲੇ ਸਾਥੋਂ ਵਧੀਆ, ਪਹਿਲੇ ਉਹਨਾਂ ਨੂੰ ਮਿਲਣੀ ਵੀ ਕਿੱਥੇ ਹੈ। ਅੱਛਾ ਅੱਜ ਤੱਕ ਕਮੰਡ ਸਿੰਘ ਦੀ ਚਾਲ ਨੂੰ ਕੋ ਕੱਢ ਸਕਿਆ? ਤੁਸੀਂ ਅੱਗੇ ਅੱਗੇ ਵੇਖੋ ਹੁੰਦਾ ਕੀ ਹੈ। ਜਨਾਬ ਮੰਨ ਗਏ ਤੁਹਾਡੀ ਚਾਲ ਨੂੰ, ਇਹੋ ਜਿਹੇ ਚਾਲ ਚੱਲੀ ਹੈ ਕਿ ਉਹਨੂੰ ਕੋਈ ਕਾਟ ਨਹੀਂ ਕਰ ਸਕਿਆ। ਸਾਡਾ ਕੰਮ ਤਾਂ ਤਿੱਲੇ ਲਾਉਣਾ ਸੀ, ਇੱਧਰ ਫਸਲਾਂ ਨੂੰ ਤੇ ਉੱਧਰ ਸ਼ਿੰਗਾਰੇ ਨੂੰ। ਹੋਰ ਬਿਨਾਂ ਕਿ ਜੀਤੋ ਮੇਰੇ ਕੋਲੋਂ ਇੰਨੀ ਦੂਰ ਕਿਵੇਂ ਰਹਿੰਦੀ ਹੈ? ਓਏ ਕਮੀਨਿਆ, ਯਾਰੀ ਦਾ ਲਿਬਾਸ ਪਾ ਕੇ ਯਾਰਾਂ 'ਚ ਤਰੇੜ ਪਾਈਏ ਤੇ ਨਾਲੇ ਦਿਓਰ ਭਾਬੀ ਦੇ ਰਿਸ਼ਤੇ ਨੂੰ ਬਦਨਾਮ ਕਰਕੇ ਮੇਰੇ ਸੀਨੇ 'ਚ ਅੱਗ ਲਾਈਏ। ਹੁਣ ਮੈਂ ਤੈਨੂੰ ਜ਼ਿੰਦਾ ਨਹੀਂ ਛੱਡਾਂਗਾ। Yeah!
ਜਿਉਂਦਾ ਨਹੀਂ ਛੱਡੇਗਾ। ਹਰਾਮਜ਼ਾਦਿਆ, ਜੇ ਜੜ ਦਾ ਪੋਤਾ ਤਾਂ ਮੈਨੂੰ ਕੋਈ ਛੱਡ ਕੇ ਵੇਖ, ਮੈਂ ਤੁਹਾਨੂੰ ਸਾਰਿਆਂ ਨੂੰ ਜ਼ਿੰਦਾ ਨਹੀਂ ਛੱਡਾਂਗਾ। ਪਰ ਜੇ ਖੁਦ ਜਿਉਂਦਾ ਰਹੇਗਾ ਤਾਂ ਨਾ। ਚੰਗਾਰਿਆ, ਇਹ ਫੱਟ ਤੈਨੂੰ ਕਿੰਨੇ ਲਾ ਦਿੱਤੇ ਮੇਰੇ ਯਾਰਾ? ਇੱਕ ਵਾਰ ਮੈਨੂੰ ਉਹਦਾ ਨਾਂ ਦੱਸ ਦੇ। ਰੱਬ ਦੀ ਸਾਂ, ਇਸ ਧਰਤੀ ਤੋਂ ਉਹਦੀਆਂ ਜੜਾਂ ਨਾ ਫੁੱਟ ਦਿੱਤੀਆਂ ਤਾਂ ਮੈਨੂੰ ਆਪਣਾ ਯਾਰ ਨਾ ਕੀ ਹੋਏ। ਮੇਰਾ ਇੰਤਜ਼ਾਰ ਕਰੀ ਚੰਗਾਰਿਆ, ਤੂੰ ਮੇਰਾ ਇੰਤਜ਼ਾਰ ਕਰੀ, ਮੈਂ ਹੁਣੇ ਆਇਆ। ਮੇਰੀ ਦੁਨੀਆ ਉਜਾੜ ਦੀ ਵੇ। ਮੈਂ ਕੋਈ ਕਤਲ ਨਹੀਂ ਕੀਤਾ ਸਾਡੇ ਦਾ ਰਾਹ, ਤੂੰ ਤੇ ਸਭ ਸਾਰੇ ਗਵਾਹ ਤੇਰੇ ਉਲਟ ਨੇ। ਇੱਥੋਂ ਤੱਕ ਕਿ ਸ਼ਿੰਗਾਰੇ ਦੀ ਤਾਂ ਬਹੁਤੀ ਵੀ ਤੇਰੇ ਖਿਲਾਫ ਹੈ। ਕਾਪੇ ਦਾ ਤੇਰੇ ਹੱਥ ਵਿੱਚ ਮਿਲਣਾ ਸਭ ਤੋਂ ਵੱਡਾ ਸਬੂਤ ਹੈ। ਤਮਾਮ ਸਬੂਤਾਂ ਤੇ ਅਜੀਤ ਕੌਰ ਦੀ ਗਵਾਹੀ ਤੋਂ ਇਹ ਸਾਬਤ ਹੁੰਦਾ ਹੈ ਕਿ ਸ਼ਿੰਗਾਰਾ ਸਿੰਘ ਦਾ ਕਤਲ ਜਗੀਰ ਸਿੰਘ ਵਲਦ ਕਸ਼ਮੀਰ ਸਿੰਘ ਨੇ ਹੀ ਕੀਤਾ ਹੈ। ਇਸ ਲਈ ਅਦਾਲਤ ਦਫਾ 302 ਤਾਜ਼ੀਰਾਤ ਹਿੰਦ ਦੇ ਤਹਿਤ ਜਗੀਰ ਸਿੰਘ ਨੂੰ ਮੁਜਰਮ ਕਰਾਰ ਦਿੰਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਉਂਦੀ ਹੈ। ਮੇਰੇ ਬਾਪੂ ਨੇ ਕਤਲ ਨਹੀਂ ਕੀਤਾ, ਮੈਨੂੰ ਪਤਾ ਹੈ। ਜੇ ਤੂੰ ਚਲੀ ਜਾਏਗੀ ਤਾਂ ਮੇਰੇ ਨਾਲ ਬੇਰੀ ਦੇ ਬੇਰ ਕੌਣ ਤੋੜਨ ਜਾਏਗਾ? ਜੀਤੋ, ਪਿੰਡ ਛੱਡ ਕੇ ਨਾ ਜਾ, ਮੈਂ ਤੈਨੂੰ ਵਾਸਤਾ ਪਾਉਣੀ ਹਾਂ। ਤੂੰ ਕੌਣ ਹੁੰਦੀ ਹੈ ਵਾਸਤਾ ਪਾਉਣ ਵਾਲੀ? ਮੇਰੇ ਨਾਲ ਤੇਰੀ ਕੀ ਸਾਂਝ ਹੈ? ਮੇਰੇ ਨਾਲ ਨਾ ਸਹੀ, ਪਰ ਇਸ ਪਿੰਡ ਨਾਲ ਤਾਂ ਤੇਰੀ ਸਾਂਝ ਹੈ ਨਾ। ਮੇਰੀਆਂ ਸੁਣੀਆਂ ਬਾਵਾਂ ਵੇਖ, ਇਹ ਉਜੜੀ ਹੋਈ ਮਾਂਗ ਵੇਖ, ਜਿਸ ਪਿੰਡ ਨੇ ਮੇਰਾ ਸੁਹਾਗ ਖਾ ਲਿਆ, ਉਸ ਪਿੰਡ ਨਾਲ ਮੇਰੀ ਕੋਈ ਸਾਂਝ ਨਹੀਂ, ਕੋਈ ਸਾਂਝ ਨਹੀਂ। ਨਹੀਂ, ਪਿੰਡ ਛੱਡਣ ਤੋਂ ਪਹਿਲਾਂ ਇੱਕ ਵਾਰੀ ਫੇਰ ਸੋਚ ਲੈ। ਹੁਣ ਇਹਦੇ ਵਿੱਚ ਸੋਚਣ ਵਾਲੀ ਗੱਲ ਕਿਹੜੀ ਰਹਿ ਗਈ ਹੈ? ਮੈਂ ਤਾਂ ਕੋਸਦਾ ਉਸ ਘੜੀ ਨੂੰ ਜਿਸ ਘੜੀ ਪਾੜਾ ਵਾਪਰਿਆ ਸੀ। ਜੇ ਮੈਂ ਆਪਣੇ ਯਾਰ ਸ਼ਿੰਗਾਰਾ ਸਿੰਘ ਨਾਲ ਹੁੰਦਾ ਤਾਂ ਮੈਂ ਆਪਣੀ ਜਾਨ ਦੇ ਕੇ ਉਹਦੀ ਜਾਨ ਬਚਾ ਲੈਂਦਾ, ਪਰ ਹੁਣ ਤੂੰ ਇਹਦੇ ਜ਼ਖਮਾਂ ਤੇ ਨਮਕ ਕਿਉਂ ਛਿੜਕਣ ਆਈ ਹੈ? ਚੱਲ ਭਾਬੀ ਚੱਲੀਏ, ਪਰ ਜੀਤ ਲੋ ਪੰਮੀ। ਅੱਛਾ ਮਿੱਤੇ, ਵੀ ਚੱਲੀ ਆ।
ਚੰਗਾ ਚਾਚਾ ਮੈਂ ਚੱਲਦਾ ਤੈਨੂੰ ਤੇ ਪਤਾ ਚਾਚਾ ਬਾਪੂ ਜੇਲ ਚ ਹੈ ਤੇ ਮਾਂ ਰਹੀ ਨਹੀਂ ਹੁਣ ਕਰਤੇ ਜ਼ਮੀਨਾਂ ਦੀ ਜ਼ਿੰਮੇਵਾਰੀ ਸਿਰਫ ਤੇਰੇ ਤੇ ਤੂੰ ਫਿਕਰ ਨਾ ਕਰ ਪੁੱਤਰ ਮੈਂ ਹਾਂ ਨਾ ਬਸ ਤੂੰ ਦਿਲ ਲਾ ਕੇ ਪੜ੍ਹਾਈ ਕਰੀ ਚੰਗਾ ਚੱਲਦਾ ਜਿਉਂਦਾ ਰਹਿ ਪੁੱਤਰ ਜਿਉਂਦਾ ਰਹਿ ਦੱਸ ਰਹੇ ਹੋ ਕਿ ਢਾਬੇ ਦੇ ਬਹਿਰੇ ਵਾਂਗੂ ਸਬਜ਼ੀਆਂ ਦੇ ਨਾਂ ਗਣਾਈ ਜਾਂਦੇ ਹੋ
वैसे तुसी ऐसे काले च पढ़ते हो ना होर तेनु असी किसे चिड़िया घर च निकल के आए लगदे हां 10 साल तो इससे ही काले च हां प्रिंसिपल तो लेके जड़ फांसी तक सारे सनु जानदे ओए असी ता पुराने पापी हां पर ए दस तू कौन है किथों आया ते ठहरया किथे है मेरा नाम मीता है बीए पार्ट फर्स्ट च पढ़दा है जंडाला मेरा पिंड है ते इसे कॉलेज दे होस्टल च रहना होस्टल च ओए मला आ गया ओए मला हाथ ले छोटी ओ साडे हुंदिया तन किसे तो डरन दी लोड़ नहीं अच्छा अच्छा ओ तेरे नाल तक कुछ भी नहीं होया नवे मुंडे नाल कुछ ना कुछ ते हुंदा ही है चलिए चल दिखाइए होस्टल ते जा रहे उधर ਐ ਲੋ 5 ਲੱਖ ਰੁਪਏ ਤੇ ਸ਼ੁਰੂ ਕਰੋ ਨਵੀਂ ਫੈਕਟਰੀ ਦਾ ਕੰਮ ਵੈਸੇ ਤੁਸੀਂ ਚੰਗੀ ਤਰ੍ਹਾਂ ਜਾਂਚ ਪੜਤਾਲ ਤੇ ਕਰ ਲਈ ਹੈ ਨਾ ਭਾਬੀ ਕਮਾਂਡ ਸਿੰਘ ਦੇ ਹੁੰਦਿਆਂ ਤੈਨੂੰ ਫਿਕਰ ਕਰਨ ਦੀ ਕੀ ਲੋੜ ਤੁਹਾਡੇ ਹੁੰਦਿਆਂ ਮੈਨੂੰ ਫਿਕਰ ਕਰਨ ਦੀ ਲੋੜ ਵੀ ਕੀ ਹੈ ਹੈਲੋ ਅੰਕਲ ਹੈਲੋ ਬੇਟਾ ਕੀ ਗੱਲ ਪੁੱਤਰ ਅੱਜ ਸਾਡੀ ਬੇਟੀ ਬੜੀ ਖੁਸ਼ ਨਜ਼ਰ ਆ ਰਹੀ ਹੈ ਯੈਸ ਅੰਕਲ ਗੱਲ ਹੀ ਕੁਝ ਖੁਸ਼ੀ ਦੀ ਹੈ ਅੱਜ ਸਾਡੇ ਕਾਲਜ ਵਿੱਚ ਇੱਕ ਨਵਾਂ ਮੁੰਡਾ ਆਇਆ ਹੈ ਉਹਨੂੰ ਬੇਵਕੂ ਬਣਾਉਣ 'ਚ ਇੰਨਾ ਮਜ਼ਾ ਆਇਆ ਇੰਨਾ ਮਜ਼ਾ ਆਇਆ ਕਿ ਬਸ ਪੁੱਛੋ ਹੀ ਨਾ ਪੰਮੀ ਬੇਟਾ ਕੁਝ ਤੇ ਸ਼ਰਮ ਕਰ ਇੰਨੀ ਵੱਡੀ ਹੋ ਗਈ ਹੈ ਕੱਲ ਨੂੰ ਪਰਾਈ ਕਰ ਜਾਣਾ ਉਹ ਕੀ ਸੋਚਣਗੇ ਕਿ ਮਾਂ ਨੇ ਕੋਈ ਮੱਤ ਨਹੀਂ ਦਿੱਤੀ ਓਫੋ ਮੰਮੀ ਤੁਸੀਂ ਹੀ ਬਸ ਭਾਬੀ ਬੱਚੇ ਤਾਂ ਹੱਸੇ ਖੇਡਦੇ ਚੰਗੇ ਲੱਗਦੇ ਨੇ ਉਹ ਫਿਰ ਮੇਰਾ ਘਰ ਹੋਵੇ ਜਾਂ ਤੁਹਾਡਾ ਘਰ ਕੀ ਫਰਕ ਪੈਂਦਾ ਚੰਗਾ ਮੈਂ ਚੱਲਦਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਰਾਜਾ ਜੀ ਬਾਪੂ ਪੁੱਤਰੇ 5 ਲੱਖ ਰੁਪਏ ਫੈਕਟਰੀ ਦੇ ਖਾਤੇ ਵਿੱਚ ਜਮ੍ਹਾਂ ਕਰਵਾ ਦੇ ਇਹ ਤੂੰ ਕੀ ਕਹਿ ਰਿਹਾ ਬਾਪੂ ਇੰਨਾ ਮਾਲ ਹੱਥ ਆਇਆ ਐਵੇਂ ਹੀ ਜਾਣ ਦੇ ਰਿਹਾ ਓਏ ਤੂੰ ਫਿਕਰ ਨਾ ਕਰ ਪੁੱਤਰ ਇਹ 5 ਲੱਖ ਤੱਕ ਹੀ ਮੈਂ ਸ਼ਿੰਗਾਰੇ ਦੀ ਰੰਦ ਦਾ ਇੱਕ ਇੱਕ ਪੈਸਾ ਤੇਰੇ ਸਿਰ ਤੋਂ ਵਾਰ ਕੇ ਸੁੱਟ ਦਿਆਂਗਾ ਓ ਸੀ ਤੀਰੋਂ ਤੇਰੀ ਗੋਲੀ ਉਸ ਜ਼ਿੰਮੇਦਾਰਾਂ ਦੀ ਧੀ ਨੂੰ ਜਿੰਨੇ ਇੱਕਦਮ ਕਮਾਂਡ ਸਿੰਘ ਦਾ ਰਿਸ਼ਤਾ ਮੋੜਿਆ ਇਸ ਘਰ ਦੀ ਭਿਖਾਰਨ ਬਣਾ ਦਿਆਂਗਾ ਭਿਖਾਰਨ ਕਮਾਂਡ ਸਿੰਘ ਦਾ ਬੱਦਾ ਤਾਂ ਤਾਂ ਹੀ ਪੂਰਾ ਹੋਏਗਾ ਉਹ ਖੁਸ਼ ਕੀਤਾ ਹੀ ਬਾਪੂ ਸੱਪ ਵੀ ਮਾਰ ਰਿਹਾ ਹੈ ਤੇ ਉਹ ਵੀ ਬਿਨਾਂ ਲਾਠੀ ਦੇ ਤੇਰਾ ਕਿਆ ਸਿਰ ਮੱਥੇ ਬਾਪੂ ਪੁੱਤਰ ਤੂੰ ਹੁਣ ਜਾ ਮੇਰੇ ਕੁਛ ਮਹਿਮਾਨ ਆਉਣ ਵਾਲੇ ਨੇ ਤੇ ਜਿਸ ਤਰ੍ਹਾਂ ਮੈਂ ਕਿਹਾ ਉਸੇ ਤਰ੍ਹਾਂ ਕਰੀ ਠੀਕ ਹੈ ਬਾਪੂ ਤੈਨੂੰ ਪਹਿਲਾਂ ਵੀ ਕਈ ਵਾਰ ਕਹਿ ਚੁੱਕਾ ਪੁੱਤਰ ਮੈਨੂੰ ਕੁਛ ਯਾਦ ਨਹੀਂ ਦਿਮਾਗ ਤੇ ਜ਼ੋਰ ਦੇ ਬਾਪੂ ਮੈਨੂੰ ਉਹ ਤਾਰੇ ਦੇ ਨਿਸ਼ਾਨ ਵਾਲਾ ਹੱਥ
जरूर चाहिदा है। जेल दियां पथरीलियां दीवारां विच रह रह के मेरा दिमाग भी पत्थर हो गया है पुत्रा। मैनू कुछ याद नहीं, कुछ याद नहीं आ रहा। याद कर बापू, मेरी रातां दी नींद ते दिन दा चैन खो लिया उस निशान ने, ते मैनू तेरी सौए बापू। जिस दिन मैनू उस निशान वाला हाथ मिल गया, वो हाथ मैं तोड़ के तेरे कदमां च सुट देंगा, ते लोकां नू दस देंगा कि मेरा बापू कातल नहीं, कातल नहीं। ਮੁਰਲੀ ਛੁੱਲੀ ਜੀ ਤੇ ਹੋਰ ਕਿੱਸਾ ਸੁਣਾਓ। ਉਹ ਸਾਡੀ ਬਹਾਦਰੀ ਦੇ ਕਿੱਸੇ ਵਾਧੂ ਲੱਖਾਂ ਕਰੋੜਾਂ ਅਰਬਾਂ ਖਰਬਾਂ। ਉਹ ਛੁੱਲੀ, ਹਾਂ ਉਹੀ ਕਿੱਸਾ ਕਿਹੜਾ? ਉਹ ਦੋ ਸ਼ੇਰਾਂ ਵਾਲਾ। ਅੱਛਾ ਅੱਛਾ, ਦੋ ਸ਼ੇਰਾਂ ਵਾਲਾ। ਹਾਂ ਸੁਣੋ, ਇੱਕ ਵਾਰ ਵੇਖੇ ਸੀ ਦੋ ਸ਼ੇਰ, ਇੱਕ ਸ਼ੇਰ ਨੂੰ ਮੈਂ ਫੜ ਲਿਆ, ਇੱਕ ਸ਼ੇਰ ਨੂੰ ਮੈਂ ਫੜ ਲਿਆ ਇੱਥੇ, ਦੂਜੇ ਨੂੰ ਇੱਥੇ। ਇਹ ਮਰੀ ਦੀ ਗਰਦਨ ਉਹ ਜਾ ਪਈ, ਦੂਜੇ ਦੀ ਗਰਦਨ ਉਹ ਜਾ ਪਈ। ਫੇਰ ਕੀ ਹੋਇਆ? ਫੇਰ ਕੀ ਹੋਣਾ ਸੀ, ਆ ਗਿਆ ਦੁਕਾਨਦਾਰ, ਫੜ ਲਿਆ ਸਾਨੂੰ ਪਿੱਛੋਂ। ਉਹਨੇ ਕਿਹਾ ਕੱਢੋ 20 ਰੁਪਈਏ ਜਿਹੜਾ ਮੇਰੇ ਮਿੱਟੀ ਦੇ ਸ਼ੇਰ ਤੋੜੇ ਜੇ। ਉਹ ਮੁਰਲੀ, ਉਹ ਵੇਖ ਆ ਗਿਆ ਮੀਤਾ। ਚੱਲ ਬਿੱਲੀ ਆ ਗਿਆ। ਚੱਲ ਮੀਤਾ ਯਾਰਾ ਕਿੱਥੇ ਰਹਿ ਗਿਆ ਸੀ? ਕਮਾਲ ਹੈ ਯਾਰ, ਅਸੀਂ ਤਾਂ ਤੇਰੀ ਉਡੀਕ ਕਰਦੇ ਕਰਦੇ ਥੱਕ ਗਏ, ਨਾਲੇ ਕੁੜੀਆਂ ਨੂੰ ਬਹਾਦਰੀਆਂ ਦੇ ਕਿੱਸੇ ਸੁਣ ਸੁਣ ਥੱਕ ਗਿਆ ਸੀ। ਬਹਾਦਰੀਆਂ ਦੇ ਕਿੱਸੇ ਤਾਂ ਤੁਹਾਡੇ ਬਹੁਤ ਸੁਣ ਲਏ, ਤੇ ਨਾਲੇ ਤੁਹਾਡੀ ਬਹਾਦਰੀ ਵੀ ਬਹੁਤ ਵੇਖ ਲਈ। ਤੈਨੂੰ ਅਜੇ ਆ, ਰਹਿਣ ਦੇ ਪਹਿਲਾਂ ਕਲਾਸ ਲਓ। ਚਲੋ ਚਲੋ ਫਿਰ, ਜਲਦੀ ਕਰਕੇ ਚੱਲੀਏ, ਪ੍ਰੈਸ਼ਰ ਆਉਣ ਵਾਲਾ ਹੋਣਾ। ਇਸ ਬੈਂਚ ਤੇ ਨਹੀਂ, ਆਪਾਂ ਪਿੱਛੇ ਬੈਠਾਂਗੇ। ਉਹ ਇਸ ਬੈਂਚ ਤੇ ਕਿੱਲ ਲੱਗੇ ਆ ਪਿਆਰਿਓ, ਕਿੱਲ ਨਹੀਂ ਵੱਡੇ ਵੱਡੇ ਟੋਪੀ ਵਾਲੇ ਕਿੱਲ। ਉਹ ਮੈਨੂੰ ਤਾਂ ਨਜ਼ਰ ਨਹੀਂ ਆਉਂਦੀ ਯਾਰ। ਉਹ ਮੇਰੀ ਮੰਨੋ, ਪਿੱਛੇ ਬਹਿ ਜਾਈਏ, ਇਹ ਬੈਂਚ ਰਾਜ ਦਾ ਹੈ। ਉਹ ਅੱਜ ਕੱਲ ਦੇ ਇਸ ਲੋਕ ਰਾਜ ਵਿੱਚ ਨਹੀਂ ਨਹੀਂ, ਇਹ ਰਾਜਾ ਕੌਣ ਹੈ? ਪਿਆਰ ਨਾਲ ਲੋਕ ਮੈਨੂੰ ਰਾਜਾ ਆਖਦੇ ਨੇ। ਓਏ, ਰਾਜੇ ਤੋਂ ਬਗੈਰ ਇਸ ਬੈਂਚ ਤੇ ਕੋਈ ਨਹੀਂ ਬੈਠ ਸਕਦਾ। ਲੱਗਦਾ ਹੈ ਨਵਾਂ ਨਵਾਂ ਆਇਆ। ਜਾ ਬੱਚੇ, ਪਿੱਛੇ ਜਾ ਕੇ ਬਹਿ ਜਾ। ਕਿਉਂ, ਤੈਨੂੰ ਪਿੱਛੇ ਬੈਠਦੇ ਨੂੰ ਚਲੂਣੇ ਲੜਦੇ ਐ? ਬਥੇਰੇ ਬੈਂਚ ਖਾਲੀ ਪਏ ਐ, ਕਿਤੇ ਵੀ ਬਹਿ ਜਾ। ਕੰਨ ਖੋਲ ਕੇ ਸੁਣ ਲੈ, ਰਾਜਾ ਬੈਠੂਗਾ ਤਾਂ ਇਸੇ ਬੈਂਚ ਤੇ। ਆਪਣੇ ਕਰਦਿਆਂ ਨੇ ਤਾਂ ਇੱਕ ਗੱਲ ਸਿਖਾਈ ਏ ਮਿਸਟਰ ਰਾਜਾ, ਕਿ ਪਿਆਰ ਨਾਲ ਤਾਂ ਜੱਟ ਦੀ ਪਾਵੇ ਕੋਈ ਜਿੰਦ ਕੱਢ ਲੈ, ਅੜੀ ਨਾਲ ਤਾਂ ਇੱਕ ਇੰਚ ਜ਼ਮੀਨ ਵੀ ਨਹੀਂ ਦਿੱਤੀ ਜਾਂਦੀ, ਤੇ ਇਹ ਤਾਂ ਫੇਰ ਵੀ 3 ਫੁੱਟਾ ਬੈਂਚ। ਯੂ ਬਲਡੀ ਬਾਸਟਰਡ, ਲੱਗਦਾ ਤੈਨੂੰ ਤੇਰੇ ਕਰਦਿਆਂ ਨੇ ਕੁਝ ਵੀ ਨਹੀਂ ਸਿਖਾਇਆ। ਓਏ, ਗਾਲਾਂ ਤਾਂ ਮੈਂ ਵੀ ਤੈਨੂੰ ਕੱਢ ਸਕਦਾ, ਪਰ ਕੀ ਕਰਾਂ, ਆਪਣੀ ਕਲਾਸ ਵਿੱਚ ਕੁਝ ਕੁੜੀਆਂ ਵੀ ਪੜ੍ਹਦੀਆਂ ਨੇ। ਰਾਜਾ, ਇਹ ਕੀ ਹਰਕਤ ਹੋ ਰਹੀ ਹੈ? ਜਦੋਂ ਵੇਖੋ ਸ਼ਰਾਰਤਾਂ ਹੀ ਸ਼ਰਾਰਤਾਂ। ਤੂੰ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆਉਣਾ, ਨਾ ਪੜ੍ਹਦਾ ਨਾ ਦੂਸਰਿਆਂ ਨੂੰ ਪੜ੍ਹ ਦੇਣਾ। ਪਲੀਜ਼ ਗੈਟ ਆਊਟ, ਗੈਟ ਆਊਟ ਫਰੋਮ ਮਾਈ ਕਲਾਸ, ਆਈ ਸੇ ਗੈਟ ਆਊਟ। ਸਿਟ ਡਾਊਨ ਪਲੀਜ਼।
ਉਹ ਇਹ ਨਹੀਂ ਜਾਣਦਾ ਉਹਨੇ ਕਿਹੜੀ ਬਲਾ ਨਾਲ ਮੱਥਾ ਲਾਇਆ ਹੈ। ਉਹ ਆ ਗਿਆ। ਵੇਖ ਇਹ ਤਾਂ ਵਿਚਾਰਾ ਮਾਰੇਗਾ ਰਾਜੇ ਦੇ ਹੱਥੋਂ ਅੱਜ। ਜਾਣਦੇ ਜਾਣਦੇ ਜੱਟ ਪੂਰਾ ਸਾਨ ਲੱਗਦਾ ਹੈ। ਸਾਨ ਵੇਖੀ ਰਾਜਾ ਕਿਵੇਂ ਨੱਥ ਪਾਉਂਦਾ ਅੱਜ। ਲੱਗੀ ਸ਼ਰਤ ਲੱਗੀ ਚਵਾਨੀ ਚਵਾਨੀ ਦੀ। ਚਵਾਨੀ ਦੀ? ਕਿਉਂਕਿ ਰਾਜੇ ਤੇ ਇਸ ਤੋਂ ਵੱਧ ਸ਼ਰਤ ਮੈਂ ਲਗਾ ਨਹੀਂ ਸਕਦੀ। ਚਵਾਨੀ ਛਾਪ। ਓਏ ਬੰਦਾ ਇਹੋ ਜਿਹਾ ਕੰਮ ਹੀ ਕਿਉਂ ਕਰੇ ਕਿ ਫਿਰ ਪੈਰਾਂ ਚ ਡਿੱਗਦਾ ਫਿਰੇ। ਬਾਈ ਇੱਕ ਗੱਲ ਤੇ ਦੱਸ, ਆਈ ਮੌਤ ਤੇ ਸਾਰੇ ਮਰਦੇ ਨੇ ਪਰ ਤੈਨੂੰ ਏਡੀ ਕਾਲੀ ਕਿਉਂ ਪੈ ਗਈ ਜਿਹੜਾ ਸ਼ੇਰ ਦੇ ਮੂੰਹ ਚ ਹੱਥ ਦਿੰਦਾ ਫਿਰਦਾ? ਨਹੀਂ ਓਏ ਇਹਦੇ ਲਈ ਤਾਂ ਮੈਂ ਹੀ ਬਹੁਤ ਹਾਂ। ਕੀ ਹੋ ਰਿਹਾ? ਮੈਂ ਪੁੱਛਦਾ ਪਿਆ ਕੀ ਹੋ ਰਿਹਾ? ਹਟੋ। ਓ ਰਾਜਾ ਤੈਨੂੰ ਸ਼ਰਮ ਨਹੀਂ ਆਉਂਦੀ? ਇਹ ਕਾਲਜ ਹੈ, ਤੁਸੀਂ ਇਹਨੂੰ ਲੜਾਈ ਦਾ ਮੈਦਾਨ ਬਣਾ ਛੱਡਿਆ। ਚੱਲ ਜਾ ਆਪਣੀ ਕਲਾਸ ਵਿੱਚ ਜਾ, ਚੱਲ ਜਾ। ਜਾ ਵੀ ਕਾਕਾ ਤੂੰ ਵੀ ਆਪਣੀ ਕਲਾਸ ਵਿੱਚ ਜਾ। ਓਏ ਮੁਰਲੀ ਸ਼ੁਰਲੀ ਗੱਲ ਸੁਣੋ। ਲੈ ਪ੍ਰੋਫੈਸਰ ਨੇ ਵੀ ਹੁਣੇ ਹੀ ਆਉਣਾ ਸੀ, ਕਰਵਾਤਾ ਨਾ ਮੇਰਾ ਨੁਕਸਾਨ। ਓ ਰਹਿਣ ਦੇ, ਵੱਡਾ ਪਹਿਲਵਾਨ ਬਣੀ ਫਿਰਦਾ ਹੈ, ਕਰਵਾਤਾ ਨਾ ਮੇਰੀ ਚਵਾਨੀ ਦਾ ਨੁਕਸਾਨ। ਸਿੱਧਾ ਡੈਡਲੌਕ ਮਾਰਨਾ ਸੀ ਤਾਰਾ ਸਿੰਘ ਵਾਲਾ। ਤੁਸੀਂ ਸਿਖਾਓਗੇ ਮੈਨੂੰ ਡੈਡਲੌਕ? ਅੱਗੇ ਤੋਂ ਆਪਾਂ ਡੈਡਲੌਕ ਹੀ ਮਾਰਿਆ ਕਰਾਂਗੇ। ਓ ਚੱਲੇ ਕਿੱਥੇ ਹੋ ਸੋਹਣੇ ਹੋ? ਹਾਏ ਡੈਡਲੌਕ ਤਾਂ ਸਿਖਾਉਂਦੇ ਜਾਓ। ਕੀ ਹੋਇਆ? ਸੱਪ। ਬੜੀ ਡਰਪੋਕ ਹੈ, ਸੱਪ ਕੋਲੋਂ ਡਰ ਗਈ? ਉਹ ਮੇਰੇ ਬਾਪੂ ਕਹਿੰਦੇ ਐ ਬਾਹਰੇ ਸੱਪਾਂ ਹੀ ਤਾਂ ਜ਼ਹਿਰ ਹੀ ਨਹੀਂ ਹੁੰਦਾ। ਅੱਕਰ ਬੱਕਰ ਅੰਬਾ ਸੌ ਅੱਸੀ ਨੱਬੇ ਪੂਰੇ ਸੌ। ਕੁੜੀ
ਮਿਲੀਏ ਚਿੱਤ ਖਿੜਦਾ ਤੈਨੂੰ ਜਦ ਮਿਲੀਏ ਚਿੱਤ ਖਿੜਦਾ ਤੈਨੂੰ ਜਦ ਮਿਲੀਏ ਚਿੱਤ ਖਿੜਦਾ ਤੈਨੂੰ ਜਦ ਮਿਲੀਏ ਚਿੱਤ ਖਿੜਦਾ ਓ ਮਿੱਤਰਾ ਸਿੰਦੂਰੀ ਰੰਗਿਆ ਓ ਮਿੱਤਰਾ ਸਿੰਦੂਰੀ ਰੰਗਿਆ ਓ ਮਿੱਤਰਾ ਸਿੰਦੂਰੀ ਰੰਗਿਆ ਤੈਨੂੰ ਜਦ ਮਿਲੀਏ ਚਿੱਤ ਖਿੜਦਾ ਓਏ ਪਰਲਾ ਤੈਨੂੰ ਵੇਖਿਆ ਸਬਰ ਨਾ ਆਵੇ What?
ਪ੍ਰੋਫੈਸਰ ਜਨਾ ਨਹੀਂ ਆਇਆ ਪਤਾ ਨਹੀਂ ਹਾਂ ਉਹ ਵੇ ਇਹ ਤੇ ਕਮਾਲ ਹੋ ਗਿਆ ਯਾਰ ਪਤਾ ਨਹੀਂ ਰਾਜੇ ਨੂੰ ਕੀ ਹੋਇਆ 11 ਵਜ ਗਏ ਨੇ ਹਾਲੇ ਤੱਕ ਨਹੀਂ ਆਇਆ ਉਹ ਆ ਗਿਆ ਓਏ ਮੈਨੂੰ ਬੁਝਾਰਤਾ ਸੁਣਨ ਦੀ ਆਦਤ ਨਹੀਂ ਜੋ ਗੱਲ ਕਰਨੀ ਹੈ ਸਭ ਸਭ ਕਰ ਤੇ ਲੈ ਉਹ ਵੇਖ ਲੈ ਚੰਗਾ ਪੰਮੀ ਮੈਂ ਕਲਾਸ ਲਾਵਾਂ ਚੰਗਾ ਬਾਏ ਚਾਚਾ ਪੰਮੀ ਮੇਰੇ ਸਬਰ ਦਾ ਇਮਤਿਹਾਨ ਨਾ ਲੈ ਜਿੰਨਾ ਹਾਸਿਆਂ ਤੇ ਮੇਰਾ ਹੱਕ ਹੈ ਨਾ ਮੈਂ ਨਹੀਂ ਚਾਹੁੰਦਾ ਤੂੰ ਕਿਸੇ ਗੈਰ ਨਾਲ ਵੜਦੀ ਫਿਰੇ ਮੇਰੇ ਹਾਸਿਆਂ ਤੇ ਤੇਰਾ ਹੱਕ ਵੱਡਾ ਹੱਕਦਾਰ ਕੀ ਗੱਲ ਪੁੱਤਰ ਅੱਜ ਦਿਨੇ ਸ਼ਰਾਬ ਪੀ ਰਿਹਾ ਮੈਂ ਤਾਂ ਤੈਨੂੰ ਇਸ ਤਰ੍ਹਾਂ ਕਦੇ ਦਿਨੇ ਸ਼ਰਾਬ ਪੀਂਦੇ ਨਹੀਂ ਦੇਖਿਆ ਪਰ ਮੈਨੂੰ ਦੱਸ ਤਾਂ ਸਹੀ ਗੱਲ ਕੀ ਹੈ ਕਿਸੇ ਨੇ ਮੇਰੇ ਪੁੱਤਰ ਦਾ ਦਿਲ ਤੇ ਨਹੀਂ ਤੋੜਿਆ ਦਿਲ ਹੀ ਤੋੜਿਆ ਬਾਪੂ ਪੰਮੀ ਨੇ ਮੇਰਾ ਅਜੋ ਮੇਰੇ ਸਾਹਮਣੇ ਕਿਸੇ ਹੋਰ ਨਾਲ ਹੱਸ ਹੱਸ ਕੇ ਗੱਲਾਂ ਕਰ ਰਹੀ ਸੀ ਮੈਥੋਂ ਇਹ ਜਰ ਨਹੀਂ ਹੋਣਾ ਬਾਪੂ ਮੈਥੋਂ ਇਹ ਜਰ ਨਹੀਂ ਹੋਣਾ ਪਰ ਪੁੱਤਰ ਇਸ ਗੱਲ ਦੀ ਇਹ ਦਵਾ ਨਹੀਂ ਇਸ ਦੀ ਦਵਾ ਤਾਂ ਹੈ ਉਸੇ ਨਜ਼ਦੀਕ ਪਹੁੰਚਣਾ ਤੇ ਅਜਕਰ ਵਾਂਗੂ ਐਸੀ ਕੁੰਡਲੀ ਮਾਰਨਾ ਕਿ ਸ਼ਿਕਾਰ ਬਚ ਕੇ ਨਾ ਨਿਕਲ ਸਕੇ ਹੋਰ ਆਮਿਆ ਹਾਂਜੀ ਗੱਡੀ ਕੱਢ ਓਏ ਚੰਗਾ ਸਰਦਾਰ ਜੀ ਮੈਂ ਕਿਹਾ ਰਾਜਾ ਬਾਪੂ ਕਿੱਥੇ ਹੈ ਮੈਂ ਪੁੱਛਿਆ ਬਾਪੂ ਕਿੱਥੇ ਹੈ ਮੇਰਾ ਬਾਪੂ ਕਿ ਤੇਰਾ ਬਾਪੂ ਮੇਰਾ ਬਾਪੂ ਉਹ ਦੋਵੇਂ ਬਾਹਰ ਗਏ ਹੈ ਅੱਛਾ ਫਿਰ ਮੈਂ ਚੱਲਦੀ ਹਾਂ ਵੇਖ ਮੇਰੀ ਬਾਹ ਛੱਡ ਦੇ ਕੋਈ ਵੇਖ ਲੇਗਾ ਉਹ ਘਬਰਾ ਨਾ ਚੱਲੀਏ ਉਹ ਦੋਵੇਂ ਘੰਟੇ ਤੋਂ ਪਹਿਲਾਂ ਨਹੀਂ ਮੁੜਨ ਵਾਲੇ ਮੈਨੂੰ ਡਰ ਲੱਗਦਾ ਹੈ ਰਾਜੇ ਬਾਰੇ ਕੀ ਖਿਆਲ ਹੈ ਤੁਹਾਡਾ ਤੁਸੀਂ ਤੇ ਮੇਰੇ ਦਿਲ ਦੀ ਗੱਲ ਬੁੱਝ ਲਈ ਰਾਜੇ ਨਾਲੋਂ ਚੰਗਾ ਮੁੰਡਾ ਹੋਰ ਕਿਹੜਾ ਹੋ ਸਕਦਾ ਹੈ ਤਾਂ ਫਿਰ ਮੈਂ ਗੱਲ ਪੱਕੀ ਸਮਝਾਂ ਜੀ ਇਹ ਤਾਂ ਸਾਡੀ ਖੁਸ਼ਕਿਸਮਤੀ ਹੈ ਜੋ ਪੰਮੀ ਨੇ ਤੁਸੀਂ ਆਪਣੇ ਘਰ ਦੀ ਨੂੰ ਬਣਾਉਣ ਦਾ ਮਾਨ ਬਖਸ਼ਿਆ ਲਓ ਮੂੰਹ ਮਿੱਠਾ ਕਰੋ ਪੰਮੀ ਜੀ ਮੰਮੀ ਬੇਟੀ ਤੂੰ ਕੁਛ ਭੁੱਲ ਗਈ ਹੈ ਭੁੱਲ ਗਈ ਮੈਂ ਸਮਝੀ ਨਹੀਂ ਮੰਮੀ ਪੁੱਤਰ ਜਿਸ ਗੱਲ ਨੂੰ ਅੱਜ ਤੱਕ ਮੈਂ ਨਹੀਂ ਭੁੱਲ ਸਕਿਆ ਤੂੰ ਕਿਵੇਂ ਭੁੱਲ ਗਈ ਅੱਜ ਸ਼ਿੰਗਾਰਾ ਸਿੰਘ ਦੀ ਬਰਸੀ ਹੈ ਪੁੱਤਰ ਚਲੋ ਗੁਰਦੁਆਰੇ ਚੱਲੀਏ ਚੱਲ ਕੇ ਦਾਨ ਪੁੰਨ ਕਰਨਾ ਚਲੋ ਉਹ ਪਤਲੇ ਝੱਗੇ ਵਾਲੀਏ ਮੈਂ ਕਿਹਾ ਪਤਲੇ ਝੱਗੇ ਵਾਲੀਏ ਮੈਨੂੰ ਠੰਡ ਨਹੀਂ ਲੱਗਦੀ ਕਿਸ ਨੇ ਭੀਗੀ ਹੋਈ ਜ਼ੁਲਫ ਸੇ ਝਟਕਾ ਪਾਣੀ ਕਿਸ ਨੇ ਭੀਗੀ ਹੋਈ ਜ਼ੁਲਫ ਸੇ ਝਟਕਾ ਪਾਣੀ ਸਾਲੀ ਨੇ ਕੱਪੜੇ ਭਿਉਂ ਕੇ ਰੱਖਦੇ ਸ਼ਮਾ ਜਲਦੀ ਉਹ ਸ਼ਮਾ ਜਲਦੀ ਤਾਂ ਪਰਵਾਨੇ ਚਲੇ ਆਉਂਦੇ ਨੇ ਸ਼ਮਾ ਜਲਦੀ ਤਾਂ ਪਰਵਾਨੇ ਚਲੇ ਆਉਂਦੇ ਨੇ ਸ਼ਮਾ ਬੁਝਦੀ ਤਾਂ ਪਰਵਾਨੇ ਚਲੇ ਜਾਂਦੇ ਨੇ ਪੰਮੀ ਕੀ ਗੱਲ ਉਦਾਸ ਲੱਗਦੀ ਪੰਮੀ ਓਏ ਸੋਹਣੇ ਜੇ ਚੰਨ ਜੇ ਮੁਖੜੇ ਨੂੰ ਉਦਾਸੀ ਦੇ ਬੱਦਲਾਂ ਨੇ ਕਿਵੇਂ ਘੇਰ ਰੱਖਿਆ ਮੇਰੇ ਨਾਲ ਨਾਰਾਜ਼ ਤੇ ਨਹੀਂ ਨਹੀਂ ਮੀਤਿਆ ਇਹ ਕਿਵੇਂ ਹੋ ਸਕਦਾ ਹੈ ਪਰ ਮੈਨੂੰ ਡਰ ਲੱਗਦਾ ਹੈ ਓਏ ਇੱਥੇ ਤਾਂ ਕੋਈ ਸੱਪ ਵੀ ਨਹੀਂ ਫਿਰ ਡਰ ਕਦਾ ਡਰ ਲੱਗਦਾ ਹੈ ਆਉਣ ਵਾਲੇ ਸਮੇਂ ਤੋਂ ਤੇ ਆਪਣੇ ਦੋਹਾਂ ਘਰਾਂ ਵਿੱਚ ਪਈ ਵਿੱਥ ਤੋਂ
मेनू डर लगता है मीतिया समाज दे आ तान्या तो। फिक्र ना कर चलिए अपना दोहां दा मेल अपने खानदाना विच पई वित नू मुका देवेगा। पर मेनू डर लगता है मीतिया कि मां मेरा हाथ तेरे हाथ विच देन लई हरगिज तैयार नहीं होवेगी। जरूर होवेगी जद मैं अपने बाप दे मत्थे ते लगे निशान नू तो देवांगा ते ताए शिंगारे दे कातल नू सारी दुनिया दे सामने लिया के खड़ा कर देवांगा। ओ दिन आएगा कदों ते पमिये ओयो बेरियां दे बेर ते ओ दिन कदों आंगे मित्या जदों मैं तेरे नाल पिंड जावांगी खेतां विच घुमांगी ते हरे परे बागां विच पहला पावांगी ते मित्या ओयो बेरियां दे बेर ते सूफी बाबा दे गीत ते सरों दे पीले पीले फुल मैनू बहुत याद आंदे ने। अच्छा ते फिर जांदी क्यों नहीं? माँ ने मैनू जान नहीं देना। मैं किस मर्जी दवा हां? तू की कर सकदी है? मैं जाना ते मेरा काम, तू चल मेरे नाल। चल। अग्गे ता बोल मतलब ये मतलब दी गल कर। गल आंटी ये है कि साडी ओ सहेली है ना। कौन? माणी खेड़े वाली राणो। उस दा है कल व्याह। ते मैं ते पम्मी ने वादा कीता है कि असी उस दे व्याह ते जरूर पहुंचांगिया। अच्छा, पर तुहाडे तो आज्ञा लेनी सी ना। पम्मी नु नाल जाण दियो ना। पर बेटा पम्मी दा कॉलेज है ना। बीबी जी जा लैण दियो खरा, यही ते उम्र हुंदी है व्याह शाह वेखण दी। ते जा तू भी देखिया ना व्याह। नहीं बीबी जी, जे मैं चला गया ते तुहाडी सेवा कौन करेगा? बोले चाचा ठीक ते कह रहे हैं ना आंटी, मैं जो पम्मी दे नाल आ जान दियो ना। अच्छा ठीक है, चले जाओ। थैंक यू आंटी, मेरी प्यारी आंटी। ओके आंटी चल। चाचा। आप पुत्र जिंदा रहे। चाचा पछाणिया नहीं, ए पम्मी है ताए शिंगारे दी कुड़ी। ओह शिंगारे दी कुड़ी पम्मी। हाँ। कितनी वड्डी हो गई है। ए चाचा, चाचा संता है पम्मी। सस्तीकाल। सस्तीकाल पुत्र, सस्तीकाल। किवें तन्नू इस वेड़े नू वेख के कुछ याद आई बचपन दी? हाँ मीतिया, मैंने चाची दे हाथ दियां बनियां पिनियां अज तक नहीं भुलियां। अज चाची हुंदी ते मैनू वेख के बड़ा खुश हुंदी। चल चल चाचा, तू रोटी रूटी दा इंतजाम कर, आ समान अंदर ले जा, असि हुणे खेते घूम के आउंदे हां। घूमिया चलिए। चल चल। फिर बल्ले बल्ले, फिर बल्ले।
फिर गुटकू गुटकू हो जाऊंगी। ਮੀਤਾ ਕੌਣ ਹੈ ਜੀ? ਪਿੰਡ ਜੰਡ ਵਾਲੇ ਦਾ ਹੈ।
नीता पिंड जंडवाला यार यारे उतरन चनावा हो यार यारे तरन चनावा यार थड़ा विच सड़ दे यार दिखा तर कन पड़वा दे यार यारा ले मर दे है यार यारा ले मर दे यारा ले मर दे यारा ले मर दे बाबा जी पम्मी हाँ बाबा जी पर इन्ने साला बाद तुसी मेनू किवें पहचान लिया पुत्तर जद मैं तेनू वेख्या ता मेरे अंदरों आवाज उठी के पला मीते नाल पम्मी तो बिना होर कौन हो सकता पुत्तर मेनू पता सी एक दिन तू जरूर आएगी ते जदों तू आएगी पिंड विच खुशियां होणगियां हसदे वसदे रहो पुत्तर हसदे वसदे रहो जो नीयां मानो पुत्तर हसदे वसदे रहो हंसते वसते रहो पुत्र जवानी हमारो एक राज दी गल दसा अपने होगा तो मुंडा दी कुड़ी तो वट के पई है पम्मीए तैनू शर्म नहीं आई तू मैनू उस पिंड विच आण लई मजबूर कीता जिस पिंड विच मैं कदे ना आंदे सौ खादी सी तू जानती है ना तू जानती है ना इस पिंड ने तेरे सिर तो तेरा बाप ते मेरे सिर तो मेरा सुहाग खोलिया सी पर मम्मी मर गई तेरी मां तेनु पता नहीं केदा प्यो तेरे बाप ते मेरे दो शिंगारा सिंह का कातल है चल ताई मेरे बाप ने कतल नहीं किता और कतल नहीं किता ताई खबरदार जी आज तो बाद इस कर दी दलीस पार करके उस कातल दे पुत्र नु मिलन दी कोशिश की थी सौ रब दी मैं कदे भी बर्दाश्त नहीं कर सकती कि कोई भी इस खानदान वाल उंगल चुके समझी ਆਹ ਵੇਖ ਮੁਰਲੀ ਯਾਰ ਮੀਤਾ ਪੰਮੀ ਨਾਲ ਪਿੰਡ ਜਾ ਕੇ ਆਇਆ ਫਿਰ ਵੀ ਇਹਨਾਂ ਉਦਾਸ ਕਿਉਂ ਹੈ ਯਾਰ ਉਹ ਯਾਰ ਹੋਵੇ ਮੁਰਲੀ ਛੁਰਲੀ ਦਾ ਤੇ ਉਦਾਸ ਰਹਿ ਜੇ ਔਰ ਦੁਰ ਪਿੱਟੇ ਮੂੰਹ ਸਾਡੇ ਯਾਰ ਆਪਾਂ ਨੂੰ ਕੁਛ ਕਰਨਾ ਚਾਹੀਦਾ ਆਹੋ ਯਾਰ ਵਾਸਤੇ ਕੁਝ ਨਾ ਕੁਝ ਤੇ ਕਰਨਾ ਹੀ ਪਊ ਪਰ ਆਪਾਂ ਕਰ ਵੀ ਕੀ ਸਕਦੇ ਆ ਯਾਰ ਹਾਂ ਓਏ ਉਹੀ ਉਹੀ ਹਾਂ ਕੀ ਟਿੰਗ 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 चक्कर लगा एक चक्कर लगा लिया सारा कुछ वेख लिया सारा कुछ वेख लिया आसा पासा वेख लिया वेख लिया इधर उधर वेख लिया उधर उधर वेख लिया वेख लिया वेख लिया कुछ नजर आया यस उस्ताद की एक सोना जा मुंडा सोना जा मुंडा यस उस्ताद इधर कर जमूरे ਇਸ ਸੋਨੇ ਦੇ ਮੁੰਡੇ ਦੇ ਮਨ ਚ ਘੁਸ ਜਾ ਘੁਸ ਗਿਆ ਹੋਰ ਘੁਸ ਜਾ ਘੁਸ ਗਿਆ ਚੰਗੀ ਤਰ੍ਹਾਂ ਘੁਸ ਜਾ ਹੋਰ ਘੁਸ ਗਿਆ ਐਦਾਂ ਕਰ ਜਮੂਰੇ
ਚੰਗੀ ਤਰ੍ਹਾਂ ਵੇਖ ਲਈ, ਦੇਖ ਲਿਆ ਆਸਾ ਪਾਸਾ ਵੇਖ ਲਈ, ਦੇਖ ਲਿਆ ਉੱਪਰ ਥੱਲੇ ਵੇਖ ਲਈ, ਉੱਪਰ ਨੀਚੇ ਵੇਖ ਲਿਆ, ਦੇਖ ਲਿਆ ਯਸ ਉਸਤਾਦ, ਕੁਝ ਨਜ਼ਰ ਆਇਆ ਨਾ ਉਸਤਾਦ? ਕਿਉਂ ਉਸਤਾਦ, ਸਭ ਕਾਲਾ ਮਾਲਾ ਹੈ, ਕਾਲਾ ਮਾਲਾ ਹੈ ਯਸ ਉਸਤਾਦ, ਓਏ ਐਦਾਂ ਕਰ ਯਸ ਉਸਤਾਦ, ਚੰਗੀ ਤਰ੍ਹਾਂ ਵੇਖ ਕੇ ਦੱਸ ਉਸਤਾਦ, ਦੇਖ ਗਿਆ ਕੀ ਸੋਹਣੀ ਜੀ ਕੁੜੀ, ਸੋਹਣੀ ਜੀ ਕੁੜੀ ਯਸ ਉਸਤਾਦ, ਸੋਹਣੀ ਜੀ ਮੁੰਡੇ ਦੇ ਮਨ ਚ ਸੋਹਣੀ ਜੀ ਕੁੜੀ ਯਸ ਉਸਤਾਦ, ਪਰ ਫਿਰ ਇਹ ਮੁੰਡਾ ਉਦਾਸ ਕਿਉਂ ਹੈ ਉਸਤਾਦ? ਲਾਚਾਰੀ, ਬੇਕਰਾਰੀ, ਇੰਤਜ਼ਾਰ ਦੀ ਬਿਮਾਰੀ, ਯਾਨੀ ਕਿ ਮੁੰਡਾ ਬਿਮਾਰ ਹੈ ਯਸ ਉਸਤਾਦ, ਪਿਆਰ ਦਾ ਬੁਖਾਰ ਯਸ ਉਸਤਾਦ, ਤੇ ਕੁੜੀ ਨੂੰ ਮਿਲਣ ਲਈ ਬੇਕਰਾਰ ਯਸ ਉਸਤਾਦ, ਤੁਸੀਂ ਮਿਲਾ ਦਿਓ ਦੋਹਾਂ ਨੂੰ ਉਸਤਾਦ, ਇਸ ਤੋਂ ਵਧੀਆ ਪਰਉਪਕਾਰ ਹੋਰ ਕੀ ਹੋ ਸਕਦਾ ਮੇਰੀ ਸਰਕਾਰ, ਫਿਰ ਕਿਉਂ ਬੈਠੀਏ ਬੇਕਾਰ, ਭਲੀ ਕਰੇ ਕਰਤਾਰ, ਚੱਲ ਫਿਰ ਚਲੀਏ, ਚੱਲ ਮੇਰੇ ਯਾਰ, ਜੈ ਜੈ ਬੋਲੇ ਯਾਰ, ਓਏ ਇੱਧਰ ਨਹੀਂ ਉੱਧਰ, ਚੱਲ ਚੱਲ ਮੁਰਲੀ ਚਲੇ, ਪਾਂਚ ਬਜੇ ਬਾਗਾ ਮੈਂ ਬੁਲਾਇਆ, ਪਾਂਚ ਬਜੇ ਬਾਗਾ ਮੈਂ ਬੁਲਾਇਆ, ਮੀਤੇ ਨੇ ਸੰਦੇਸ਼ ਪਹੁੰਚਾਇਆ, ਮੀਤੇ ਨੇ ਸੰਦੇਸ਼ ਪਹੁੰਚਾਇਆ, ਪਾਂਚ ਬਜੇ ਬਾਗਾ ਮੈਂ ਮਿਲੇਂਗੇ, ਆਪਣੇ ਮਹਿਣੀ ਉਤੋਂ ਸੋਹਣੇ ਦਿਲ ਜਾਣੀ ਉਤੋਂ ਤੇਰੀ ਜੇ ਖੁਦਾਈ ਦੇ ਆਵਾਰ ਮੈਂ, ਓ ਰੱਬ ਮੈਨੂੰ ਮਾਫ ਕਰੀ, ਓ ਰੱਬ ਮੈਨੂੰ ਮਾਫ ਕਰੀ, ਕਰੀ
ਲੱਗ ਪਾਵੇ ਉਹ ਨਹੀਂਓ ਮਰ ਕੇ ਵੀ ਮੁੱਕਦੇ ਉਹ ਨਹੀਂਓ ਮਰ ਕੇ ਵੀ ਮੁੱਕਦੇ हेलो मैं कमांड सिंह बोल रहा सत श्री अकाल भाई साहब मैं फोन इसलिए कीता सी कि राजे ते पम्मी दी शादी दा मुहूर्त 25 तरीक दा निकलिया ठीक है जी असी ते कुड़ी वाले हां जिवें तुहानू मंजूर ओवें ही सानू मंजूर हां और को गल वैसे ते पम्मी अपनी ही कर जा रही है जिवें मैं उहनू प्यार दित्ता भाई साहब तुसी ते राजा भी उहनू ओना ही प्यार देना अच्छा मैं राजे नूं भेज देंगा ते पम्मी नूं नाल जाके ना उहदे गहने ते कपड़े खरीद लेना ठीक है भाई साहब सत श्री अकाल थैंक्स डैड मां ए तू की कीता है मां मेरा विआह राजे दे नाल मां एक वारी मेरे कोल पुछ ते लेना सी नहीं मां नहीं मैं राजे दे नाल विआह नहीं करांगी इस तो ते चंगा सी ਮੈਨੂੰ ਕਿਸੇ ਖੂਦ ਸੁਰ ਦਿੰਦੀ ਪੰਮੀ ਇਸ ਵਿੱਚ ਬੁਰਾ ਕੀ ਏ ਅੱਛਾ ਖਾਨਦਾਨ ਹੈ ਤੇ ਰਾਜਾ ਕੱਲਾ ਮੁੰਡਾ ਹੈ ਤੂੰ ਉਸ ਘਰ ਵਿੱਚ ਰਾਜ ਕਰੇਂਗੀ ਰਾਜ ਤੇ ਨਾਲੇ ਮੈਂ ਵਿਆਹ ਵੀ ਪੱਕਾ ਕਰ ਦਿੱਤਾ ਹੈ ਇਹ ਤੂੰ ਕੀ ਕੀਤਾ ਹੈ ਮਾਂ ਮੇਰੀ ਏ ਨਹੀਂ ਨਹੀਂ ਮੈਂ ਰਾਜੇ ਨਾਲ ਵਿਆਹ ਨਹੀਂ ਕਰਾਂਗੀ ਮਾਂ ਮੈਂ ਰਾਜੇ ਨਾਲ ਵਿਆਹ ਨਹੀਂ ਕਰਾਂਗੀ ਨਹੀਂ ਕਰਾਂਗੀ ਪੰਮੀ ਪੁੱਤਰ ਤੂੰ ਰੋ ਕਿਉਂ ਰਹੀ ਹੈ ਹੈਂ ਨਾ ਰੋ ਹਾਲੇ ਤੇ ਕੁਝ ਵੀ ਨਹੀਂ ਵਿਗੜਿਆ ਚਾਚਾ ਮੈਨੂੰ ਬਚਾ ਲੈ ਚਾਚਾ ਮੇਰਾ ਵਿਆਹ ਰਾਜੇ ਨਾਲ ਹੋ ਗਿਆ ਤੇ ਮੈਂ ਮਰ ਜਾਵਾਂਗੀ ਚਾਚਾ ਮੈਂ ਮਰ ਜਾਵਾਂਗੀ ਮਰ ਤੇ ਮੈਂ ਜਾਵਾਂਗਾ ਪੁੱਤਰ ਜੇ ਆਪਣੇ ਹੱਥਾਂ ਨਾਲ ਪਾਲੀ ਬੱਚੀ ਦੇ ਕੰਮ ਨਾ ਆ ਸਕਿਆ ਤਾਂ ਤੂੰ ਫਿਕਰ ਨਾ ਕਰ ਤੂੰ ਫਿਕਰ ਨਾ ਕਰ ਤੂੰ ਜੋ ਚਾਹੇਂਗੀ ਉਹੀ ਹੋਏਗਾ ਤੇਰਾ ਬਿੱਲ ਚਾਚਾ ਅਜੇ ਜ਼ਿੰਦਾ ਹੈ ਅਜੇ ਜ਼ਿੰਦਾ ਹੈ ਪੁੱਤਰ ਮੀਤੇ ਨਾਲ ਤੈਨੂੰ ਮੈਂ ਮਿਲਾਵਾਂਗਾ ਮੈਂ ਮਿਲਾਵਾਂਗਾ ਪੁੱਤਰ ਮੈਂ ਮਿਲਾਵਾਂਗਾ ਮੀਤਾ ਪੰਮੀ ਕੀ ਗੱਲ ਹੈ ਪੰਮੀ ਤੂੰ ਇੱਥੇ ਇੰਨੀ ਘਬਰਾਈ ਹੋਈ ਕਿਉਂ ਹੈ ਮੀਤਾ ਮਾਂ ਨੇ ਮੇਰਾ ਵਿਆਹ ਰਾਜੇ ਨਾਲ ਪੱਕਾ ਕਰ ਦਿੱਤਾ ਹੈ ਮੈਂ ਮਰ ਜਾਵਾਂਗੀ ਪਰ ਆਪਣੇ ਮੀਤੇ ਤੋਂ ਸਵਾ ਕਿਸੇ ਹੋਰ ਦੀ ਨਹੀਂ ਹੋਵਾਂਗੀ ਮੈਨੂੰ ਇੱਥੋਂ ਲੈ ਚੱਲ ਮੀਤਿਆ ਕਿਤੇ ਦੂਰ ਲੈ ਚੱਲ ਨਹੀਂ ਪੰਮੀ ਮੈਂ ਚਾਹਾਂ ਤਾਂ ਮਿਰਜ਼ੇ ਵਾਂਗ ਤੈਨੂੰ ਚੁੱਕ ਕੇ ਲਿਜਾ ਸਕਣਾ ਪਰ ਨਹੀਂ ਮੈਂ ਉਸ ਗੈਰਤਮੰਦ ਜਗੀਰੇ ਜੱਟ ਦਾ ਪੁੱਤਰ ਹਾਂ ਮੈਂ ਨਹੀਂ ਚਾਹੁੰਦਾ ਕਿ ਆਪਣੀ ਛੋਟੀ ਜਿਹੀ ਪੁੱਲ ਆਪਣੇ ਖਾਨਦਾਨਾਂ ਵਿੱਚ ਪਈ ਵਿੱਥ ਨੂੰ ਹੋਰ ਵਧਾ ਦੇਵੇ ਮੈਂ ਤੈਨੂੰ ਚੁੱਕ ਕੇ ਨਹੀਂ ਬੜੀ ਸ਼ਾਨ ਨਾਲ ਵਿਆਹ ਕੇ ਲਿਜਾਵਾਂਗਾ ਪਰ ਮੀਤਿਆ ਮੇਰੇ ਤੇ ਵਿਸ਼ਵਾਸ ਰੱਖ ਪੰਮੀਏ
तू मेरी है ते मेरी ही रहेगी। तू वो फुल है जो मेरी चोली तो अलावा किसी होर दी चोली च नहीं पै सकता। चल तेनू कर छड़िया ताई फिक्र करती होनी है। चल आंटी पम्मी कित्थे है? असी शॉपिंग करन जाना सी। बेटा मैं ते खुद ही परेशान हो गई है, घर दा कोना कोना छान मारिया पता नहीं कित्थे चली गई है। मैनू पता हो कित्थे हो सकती है, तुसी घबराओ ना मैं हुणे आया। पम्मी तू फिक्र ना कर, मैं ताई नू अपनी शादी लिए जरूर मना लांगा। राजे दी मंग ते अख रखन वाले दा की अंजाम हुंदा है दस दियो इहनू। चल तेरे नाल चल। ठीक तो है पर ज्यादा लगी तो नहीं। ओए फिकर नहीं करी दा। नहीं कुछ ना चली चला चलिए। सुनो आंटी ए मेरी अमानत है, सरदार कमांड सिंह दी होण वाली नौ ते ठीक नहीं लगता है किसे गैर नाल मिले। इनू ठल पा के रखो आंटी, किते इंज ना होवे कि ए दोहां खानदाना दी इज्जत ते तब्बा बन जाए। पम्मीए तैनू अपना ते नहीं अपनी विधवा मां दियां सदरां ते मरे हुए बाप दी इज्जत दा भी ख्याल नहीं आया? मां अग्गे तां मैं मीते नाल सिर्फ प्यार करदी सी, पर हुण मैं उसदी पूजा करदी आं। मैं मीते बगैर नहीं रह सकदी मां, मैं नहीं रह सकदी। मैं वेखदी आं तू किवें नहीं रह सकदी। चल Oh,
राजा, जे तू मेरी जिंदगी खराब करके किसी होर दी मांग परे, मैं कदे बर्दाश्त नहीं करांगी। मैं पम्मी ते आंटी नू सब कुछ दस दियांगी। निम्मो, जे तू ए गल मैनू पहला दस देंदी तां नौबत इत्थों ताईं कदे पहुंचनी नहीं सी। जा, तू तैयार हो जा, मैं तैनू बापू कोले लैके चलदा ते मैं बापू नू आखू जे मैं विआह करूं तां निम्मो नाल ही करूं। सच राजा, तेरी सौं। तां फिर ठीक है। ਤੈਨੂੰ ਰਾਜੇ ਦੀ ਰਾਣੀ ਬਣਨ ਲਈ ਦੂਜਾ ਜਨਮ ਲੈਣਾ ਪਊ। ਦਰਵਾਜ਼ਾ ਖੋਲ ਲਿਆ, ਮੈਂ ਕਿਹਾ ਦਰਵਾਜ਼ਾ ਖੋਲ ਖੋਲ ਦੀਏ ਕਿ ਤੋੜਾ ਦਰਵਾਜ਼ਾ। ਨਿੰਮੋ ਨਿੰਮੋ ਦਰਵਾਜ਼ਾ ਖੋਲ ਬਾਪੂ। ਨਿੰਮੋ ਤੂੰ ਦਰਵਾਜ਼ਾ ਕਿਉਂ ਨਹੀਂ ਸੀ ਖੋਲ ਰਹੀ, ਤੂੰ ਰੋ ਕੇ ਰਹੀ ਹੈ, ਹੈ ਕੀ ਗੱਲ ਹੋ ਗਈ? ਬਾਪੂ ਬਾਪੂ ਰਾਜਾ ਮੈਨੂੰ ਰਾਜਾ ਤੈਨੂੰ ਹੈ ਕੀ ਕਹਿ ਤੈਨੂੰ ਰਾਜਾ ਦੱਸ ਮੈਨੂੰ। ਬਾਪੂ ਰਾਜਾ ਮੈਨੂੰ ਮਾਰਨਾ ਚਾਹੁੰਦਾ ਹੈ। ਕਿਉਂ? ਮੈਂ ਉਸਦੇ ਕੀ ਉਹ ਕੀ ਗੱਲ ਹੈ ਰਾਮਿਆ, ਕਿਉਂ ਸੰਗ ਫੜੀ ਇਹਨਾਂ? ਤੂੰ ਮੇਰੀ ਇੱਜ਼ਤ ਨੂੰ ਹੱਥ ਪਾਇਆ ਓਏ। ਓਏ ਤੇਰੀ ਇੱਜ਼ਤ ਕਦੋਂ ਤੋਂ ਹੋਣ ਲੱਗ ਪਈ? ਜੇ ਮੇਰੀ ਇੱਜ਼ਤ ਨਾ ਰਹੀ ਨਾ ਤਾਂ ਮੈਂ ਤੇਰੀ ਇੱਜ਼ਤ ਵੀ ਨਹੀਂ ਰਹਿਣ ਦਿਆਂਗਾ। ਤੂੰ ਮੇਰੀ ਨਿੰਮੋ ਨੂੰ ਅਪਣਾ ਲਾ ਜਾਂ ਫਿਰ ਕੀ। ਰਾਮਿਆ ਤੇਰੇ ਹੌਸਲੇ ਇੰਨੇ ਬੁਲੰਦ ਕਦੋਂ ਦੇ ਹੋ ਗਏ ਕਿ ਤੂੰ ਸਾਡੀ ਜਾਨ ਤੇ ਹੱਥ ਪਾ ਲਿਆ? ਸਰਦਾਰਾ, ਇਹਨੇ ਮੇਰੀ ਨਿੰਮੋ ਨੂੰ ਆਪਣੀ ਨਿੰਮੋ ਦਾ ਨਾਮ ਮੇਰੇ ਰਾਜੇ ਨਾਲ ਜੋੜਨ ਦੀ ਕੋਸ਼ਿਸ਼ ਕਰ ਓਏ। ਕਈ ਵਾਰ ਜ਼ਿਆਦਾ ਉੱਚਾ ਵੇਖਣ ਨਾਲ ਸਿਰ ਦੀ ਪੱਗ ਪੈਰਾਂ ਵਿੱਚ ਵੀ ਡਿੱਗ ਪੈਂਦੀ ਹੈ। ਪੈਰਾਂ 'ਚ ਪਈ ਪਗੜੀ ਕਈ ਵਾਰ ਪੈਰਾਂ ਦੀ ਬੇੜੀ ਵੀ ਬਣ ਜਾਂਦੀ ਹੈ। ਕਮੰਡ ਸਿਆ, ਤੇਰੀ ਇੰਨੀ ਹਿੰਮਤ ਕਿ ਤੂੰ ਸਾਨੂੰ ਧਮਕੀ ਦੇਵੇ? ਸਾਡੇ ਨਾਲ ਤਾਂ ਕੋਈ ਅੱਖ ਵਿੱਚ ਅੱਖ ਪਾ ਕੇ ਗੱਲ ਨਹੀਂ ਕਰਦਾ ਤੇ ਤੂੰ ਸਾਡੇ ਨਾਲ ਅੱਖਾਂ ਲਾਲ ਕਰਨਾ ਹਰਾਮ ਸਾਜਾ। ਸਰਦਾਰ ਜੀ, ਜੇ ਕਹੋ ਤੇ ਅਸੀਂ ਅੱਖਾਂ ਕੱਢ ਕੇ ਤੁਹਾਡੇ ਪੈਰਾਂ ਵਿੱਚ ਸੁੱਟ ਦਿਆਂ। ਭਾਵੇਂ ਮੇਰੀਆਂ ਅੱਖਾਂ ਕੱਢ ਲਓ ਪਰ ਜੋ ਇਹਨਾਂ ਅੱਖਾਂ ਨੇ ਵੇਖਿਆ ਉਸ ਨੂੰ ਮੇਰੇ ਦਿਮਾਗ ਚੋਂ ਕਿਵੇਂ ਕੱਢੋਗੇ? ਤੇਰੇ ਦਿਮਾਗ ਦਾ ਇਲਾਜ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ ਹਾਂ। ਕਮਾਂਡ ਸਿਆ, ਅੱਜ ਤੱਕ ਤਾਂ ਤੂੰ ਮੇਰੀ ਵਫਾਦਾਰੀ ਦੇਖੀ ਏ, ਅੱਜ ਤੋਂ ਤੂੰ ਮੇਰਾ ਮਾਲਕ ਨਹੀਂ, ਦੁਸ਼ਮਣ ਹੈ ਦੁਸ਼ਮਣ। ਹਲੋਏ, ਹੁਣ ਮੈਂ ਤੇਰਾ ਇੱਕ ਗਲਾਸ ਲੋਕਾਂ ਨੂੰ ਦੱਸ ਕੇ ਤੇਰਾ ਇਸ਼ਰਾਫ ਦਾ ਨਕਾਬ ਲਾ ਸੁੱਟਾਂਗਾ। ਚਲਾਓ ਵੱਡਿਆ ਪਹਿਲਵਾਨਾ, ਇਸ ਤੋਂ ਪਹਿਲਾਂ ਕਿ ਕਮਾਂਡ ਸਿੰਘ ਦੇ ਚਿਹਰੇ ਦਾ ਨਕਾਬ ਉਤਾਰ ਦੇਵੇ, ਇਸ ਹਰਮਜ਼ਾਦੇ ਦੇ ਮੂੰਹ ਤੇ ਨਕਾਬ ਪਾ ਦਿਓ। ਅੱਜ ਅਸੀਂ ਕਾਲਜ ਦੇ ਸਲਾਨਾ ਸਮਾਰੋਹ ਤੇ ਸਰਦਾਰ ਕਮਾਂਡ ਸਿੰਘ ਜੀ ਨੂੰ ਜੀ ਆਇਆਂ ਆਖਦੇ ਹਾਂ। ਇਸ ਤੋਂ ਪਹਿਲਾਂ ਕਿ ਉਹ ਕਾਲਜ ਦੇ ਬਿਹਤਰੀਨ ਵਿਦਿਆਰਥੀਆਂ ਨੂੰ ਸਨਮਾਨਣ, ਮੈਂ ਤੁਹਾਡੇ ਮਨੋਰੰਜਨ ਲਈ ਪੇਸ਼ ਕਰਦਾ ਹਾਂ ਤੁਹਾਡੇ ਹਰਮਨ ਪਿਆਰੇ ਮੁਰਲੀ ਨੂੰ। ਇੱਧਰ ਕਾਲੀਆ, ਇੱਧਰ ਖੜਾ ਤੇਰਾ ਪਿਓ। ਹਾਂ ਕਾਲੀਆ ਕਿੱਥੇ? ਉਹ ਕਾਲੀਆ ਤਾਂ ਡਰ ਕੇ ਭੱਜ ਗਿਆ, ਉਹ ਮੈਂ ਕਾਲਾ ਸਿੰਘ ਦੇ ਡਰ ਕੇ ਬੋਲਦਿਆਂਗਾ। ਬੋਲੇਗਾ ਨਾ? ਹਾਂ ਆਇਆ ਗੱਲ ਹੀ ਕੋਈ। ਹਾਂ ਕਰਦੇ ਕਰਦੇ
कितने आदमी थे? ओए हुणे तां गल दा पिए ते हुणे बोल भी गए वो दो और तुम तीन फिर भी काली आत वापिस आ गए। दस और तेरे से मथुरा दे बेड़े च मूलिया पट्टी ले आ। ओ सांबा कितने इनाम रखे हैं सरकार हम पर? सरकार दी मत मिट्टी जो तेरे वर्गे कुत्ते भी लेते नाम रखे। ओ कालिया 50-50 कोस दूर जब रात को बच्चा रोता है तो माँ कहती है चुप हो जा गब्बर आ जाएगा। लग गया पता तेरा, बच्चा नो ड्रावण दे काम आना ना, कदे काला सिंह नाल वाह नहीं पिया तेरा खाड़े च। ओ सांबा कितनी गोलियां इस पिस्तौल में? ला दसो बण बंदे ने वेलना ते इना पता काए नहीं बे दबूक च गोलियां कितियां पौंदियां ने। गोली तीन और आदमी छह बहुत पेंट सब भी है। ओ भाऊआ और रही दिया त्राए आज ही ढूई च मार ला। साइलेंस प्लीज। हुण मैं सरदार कमांड सिंह जी नूं बेनती करांगा कि वह कॉलेज के विद्यार्थियों नूं संदेश देण ते इनाम वंडण। सरदार कमांड सिंह जी। मानयोग प्रिंसिपल साहब, प्रोफेसर साहबान ते प्यारे विद्यार्थियों, मैं तुहाडा ज्यादा समा ना लैंदा होया सिर्फ इन्ना ही कहांगा कि इंसान नूं अपनी इस छोटी जी जिंदगी दे विच किसे नाल वैर नहीं कमाना चाहिए। सच्चे रस्ते ते चल के समाज ते मनुखता की सेवा करनी चाहिए है। इस साल का सब तो बेहतरीन विद्यार्थी गुरमीत मीता। मैं उस जगीर सिंह का पुत्र हां जिन्हों तू ताई शंगारे दे कतल दे केस विच झूठा जेल पहुंचाया सी। अज मैं तैनू नहीं छड्डूंगा। ਤੀਆਂ ਭੈਣਾਂ ਤਾਂ ਸਭ ਸਾਂਝੀਆਂ ਹੁੰਦੀਆਂ ਨੇ,
ਬਗੈਰ ਸਿੰਘ ਤੁਹਾਡੇ ਹਰੇਕ ਚੰਗੇ ਮੰਦੇ ਕੰਮ 'ਚ ਤੁਹਾਡੇ ਨਾਲ ਰਿਹਾ, ਪਰ ਇਸ ਤਰ੍ਹਾਂ ਦੀ ਕਿਸੇ ਹਰਕਤ ਨਹੀਂ ਹੁੰਦਾ ਹੈਗਾ। ਅੱਛਾ ਇਹ ਗੱਲ ਹੈ। ਨਿਤਿਆ ਰਮਿਆ ਕਿਹਨੇ ਮਾਰਿਆ ਤੈਨੂੰ? ਨਿਤਿਆ ਮੇਰੇ ਕੋਲ ਜ਼ਿਆਦਾ ਟਾਈਮ ਨਹੀਂ ਹੈਗਾ, ਮੈਨੂੰ ਤੂੰ ਜੀਤੋ ਭਾਬੀ ਕੋਲ ਲੈ ਚੱਲ, ਮੈਂ ਉਸਨੂੰ ਦੱਸਣਾ ਚਾਹੁੰਦਾ ਕਿ ਤੇਰੇ ਤਾਏ ਸ਼ਿੰਗਾਰਾ ਸਿੰਘ ਦਾ ਕਤਲ ਕਮਾਂਡ ਸਿੰਘ ਨੇ ਕੀਤਾ। ਹਾਂ ਮੈਨੂੰ ਪਤਾ ਹੈ, ਚੱਲ। ਆਂਟੀ 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 ਘਰ ਨਹੀਂ ਹੈ, ਪਰ ਤੂੰ ਇੱਥੇ ਕੀ ਲੈਣ ਆਇਆ? ਮੈਂ ਅੱਜ ਇੱਥੇ ਇੱਕ ਗੱਲ ਦਾ ਫੈਸਲਾ ਕਰਨ ਆਇਆ ਪੰਮੀਏ। ਫੈਸਲੇ ਉਹਨਾਂ ਵਿਚਾਲੇ ਹੁੰਦੇ ਨੇ ਜਿਨ੍ਹਾਂ ਵਿਚਾਲੇ ਕੋਈ ਲੜਾਈ ਹੋਵੇ, ਤੇ ਲੜਾਈ ਉਹਨਾਂ ਵਿਚਾਲੇ ਹੁੰਦੀ ਹੈ ਜਿਨ੍ਹਾਂ ਵਿਚਾਲੇ ਕੋਈ ਸਾਂਝ ਹੋਵੇ, ਤੇ ਆਪਣੇ ਤਾਂ ਰਸਤੇ ਵੱਖੋ ਵੱਖ ਨੇ, ਤੇ ਫਿਰ ਫੈਸਲਾ ਕਿਸ ਗੱਲ ਦਾ? ਆਪਣੇ ਮਾਂ ਬਾਪ ਆਪਣਾ ਰਿਸ਼ਤਾ ਪੱਕਾ ਕਰ ਚੁੱਕੇ ਹੈ, ਫਿਰ ਇਹ ਰਸਤੇ ਵੱਖੋ ਵੱਖ ਕਿਵੇਂ? ਤੂੰ ਚੰਗੀ ਤਰ੍ਹਾਂ ਜਾਣਦਾ ਮੈਂ ਆਪਣੇ ਦਿਲ ਦੀ ਵਹੀ ਤੇ ਮੀਤੇ ਦਾ ਨਾਂ ਲਿਖ ਚੁੱਕੀ ਹਾਂ, ਤੇ ਮੀਤੇ ਬਗੈਰ ਕਿਸੇ ਹੋਰ ਬਾਰੇ ਸੋਚਣ ਨਾਲੋਂ ਮੌਤ ਨੂੰ ਬਿਹਤਰ ਸਮਝਾਂਗੀ। ਮੀਤਾ 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 ਮੈਂ ਪੁੱਛਦਾ ਕੀ ਸੁਰਖਾਬ ਦੇ ਪਰ ਲੱਗਿਆ ਮੀਤੇ ਨੂੰ? ਕੀ ਹੈ ਉਸ ਕੋਲ ਜੋ ਮੇਰੇ ਕੋਲ ਨਹੀਂ? ਮੇਰਾ ਖਾਨਦਾਨ, ਮੇਰੀ ਹੈਸੀਅਤ, ਮੇਰੀ ਤਾਕਤ, ਕੀ ਕਮੀ ਹੈ ਮੇਰੇ ਵਿੱਚ? ਤੈਨੂੰ ਅੱਜ ਦੱਸਣਾ ਪਊ ਪੰਮੀਏ। ਤਾਂ ਸੁਣ, ਤੇਰੇ ਵਿੱਚ ਕਮੀ ਹੈ ਸ਼ਰਾਫਤ ਦੀ। ਸ਼ਰਾਫਤ ਦੀ? ਤਾਂ ਤੈਨੂੰ ਅੱਜ ਮੈਂ ਆਪਣੀ ਸ਼ਰਾਫਤ ਦਾ ਸਬੂਤ ਦੇ ਹੀ ਦਿਆਂ। ਰਾਜਾ ਅੱਗੇ ਨਾਮੀ, ਰਾਜੇ ਦੇ ਪੈਰ ਇੱਕ ਵਾਰ ਤੁਰ ਪੈਣ ਤਾਂ ਮੰਜ਼ਿਲ ਤੇ ਪਹੁੰਚ ਕੇ ਹੀ ਰੁਕਦੇ ਨੇ। ਜੇ ਮੀਤੇ ਨੂੰ ਭਨਕ ਵੀ ਲੱਗ ਗਈ ਕਿ ਤੂੰ ਮੈਨੂੰ ਹੱਥ ਲਾਇਆ, ਤੇ ਉਹ ਤੇਰੇ ਟੁਕੜੇ ਟੁਕੜੇ ਕਰ ਦਊ। ਪਹਿਲਾਂ ਤਾਂ ਮੈਂ ਤੈਨੂੰ ਵੇਖ ਲਵਾਂ, ਮੀਤੇ ਨਾਲ ਮੈਂ ਬਾਅਦ ਵਿੱਚ ਨਿਬੜਾਂਗਾ। ਜਾਏਗੀ ਕਿੱਥੇ? ਅੱਜ ਤੈਨੂੰ ਮੈਥੋਂ ਕੋਈ ਨਹੀਂ ਬਚਾ ਸਕਦਾ। ਆਈ ਸ਼ਰਾਫਤ ਦਾ ਸਬੂਤ ਮੰਗਣ ਵਾਲੀ, ਅੱਜ ਤੇਰੇ ਦਿਲ ਦੀ ਹੋਈ ਤੂੰ ਮੀਤੇ ਦਾ ਨਾਂ ਮਿਟਾਤਾ ਤਾਂ ਮੇਰਾ ਨਾਂ ਵੀ ਦੱਸਦਾ ਨਹੀਂ। ਮੇਰੇ ਰਾਜੋ ਹਟ ਜਾ ਮਿਤਿਆ। ਵਾਹ, ਸ਼ਿਕਾਰ ਖੁਦ ਚੱਲ ਕੇ ਸ਼ੇਰ ਦੇ ਜਬਾੜਿਆਂ ਚ ਆ ਗਿਆ ਹੈ, ਚੰਗਾ ਕੀਤਾ। ਤੋ ਕਮਾਂਡ ਸਿੰਘ ਦੇ ਕਮਾਂਡ ਨਾਲ ਟਕਰਾ ਕੇ ਚੰਗਾ ਨਹੀਂ ਕੀਤਾ ਮੁੜਿਆ। ਮੇਰਾ ਤਾਂ ਜੀ ਕਰਦਾ ਕਿ ਤੇਰੇ ਟੋਟੇ ਟੋਟੇ ਕਰਕੇ ਕੁੱਤਿਆਂ ਨੂੰ ਪਾ ਦਿਆਂ ਤੇ ਤੇਰੇ ਪਿੰਜਰ ਨੂੰ ਚੌਰਾਹੇ ਦੇ ਵਿੱਚ ਟੰਗ ਦਿਆਂ ਤਾਂ ਜੋ ਅੱਗੇ ਤੋਂ ਕੋਈ ਕਮਾਂਡ ਸਿੰਘ ਦੇ ਨਾਲ ਟਕਰਾਉਣ ਦੀ ਕੋਸ਼ਿਸ਼ ਨਾ ਕਰ ਸਕੇ। ਜਿੰਨਾ ਉੱਚਾ ਤੇ ਲੰਮਾ ਬੋਲਣਾ ਏ ਬੋਲ ਲੈ, ਕਿਉਂਕਿ ਅੱਜ ਤੋਂ ਬਾਅਦ ਸ਼ਾਇਦ ਹੀ ਤੈਨੂੰ ਬੋਲਣ ਦਾ ਮੌਕਾ ਮਿਲੇ। ਓਏ ਫੜਨ ਨੂੰ ਬੜਾ ਮੂੰਹ ਫੜਦਾ ਏ। Hey!
मुंडा मेरे हाथों मारा गया, मेरा सारा कर तबाह हो गया। मैं तेनू जुदा नहीं छड़ागा हरामजादा, मैं तेनू नहीं छड़ागा, मैं तेनू जुदा नहीं छड़ागा हरामजादा, मैं तेनू और मेरे पास चुलारे का कत्ल तू किता। मेरे बाप नू जेल दिया कां कोठड़िया विच तू पहुंचाया। साडे दोहां कांडा ना विच दुश्मन पाउणा